ਰੱਬਾ ਇਸੇ ਗੱਲ ਹੈ ਜੀ ਮੈਂ ਪਤਾ ਨਹੀਂ ਬਹੁਤ ਛੇਤੀ ਰੋ ਦਿੰਦੀ ਆ ਬਹੁਤ ਛੇਤੀ ਮੈਂ ਓਵਰ ਸੈਂਸਿਟਿਵ ਆ ਬਹੁਤ ਹੀ ਸਟੋਰੀਜ਼ ਇਦਾਂ ਦੀਆਂ ਹੁੰਦੀਆਂ ਨੇ ਜਿਵੇਂ ਪੰਜਾਬ ਰਿਲੇਟਡ ਹੁੰਦੀਆਂ ਨੇ ਜਾਂ ਪਿੱਛੇ ਜਿਹੜਾ ਸਾਡਾ ਫਾਰਮਰ ਪ੍ਰੋਟੈਸਟ ਹੋਇਆ ਸੀਗਾ ਉਹਦੀਆਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਸ਼ੇਅਰ ਕੀਤੀਆਂ ਹੋਈਆਂ ਹਨਾ ਜੀ 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 ਤੇ ਇਹ ਮੈਨੂੰ ਪੂਰੀ ਜਰਨੀ ਦੱਸੋ ਆਪਣੀ ਕਿ ਜਿਵੇਂ ਕਹਿੰਦੇ ਹੁੰਦੇ ਰਹੀਏ ਜਿੱਥੇ ਮਰਜੀ ਫਿਰ ਵੀ ਦਿਲ ਹੈ ਪੰਜਾਬੀ 100% ਨਹੀਂ ਬੈਸਟ ਚਾਈਲਡਹੂਡ ਸੀ ਸੱਚੀ ਮੈਂ ਮੇਰਾ ਬੈਸਟ ਸਭ ਦੁਨੀਆ ਸਭ ਤੋਂ ਮਿਲਦਾਉਂਦਾ ਮੇਰਾ ਬੈਸਟ ਚਾਈਲਡਹੂਡ ਸੀਗਾ ਜੋ ਪੰਜਾਬ 'ਚ ਸੀ ਮੇਰੇ ਉਹਨਾਂ ਨਾਲ ਸਭ ਤੋਂ ਪਹਿਲਾਂ ਮੈਨੂੰ ਯਾਦ ਆ ਮੈਂ ਜਾ ਕੇ ਪੁੱਛਿਆ ਕਿ ਤੁਹਾਡਾ ਬੇੜਾ ਕਿੱਥੇ ਆ ਸਾਰੇ ਮਤਲਬ ਮੇਰੇ ਕਜ਼ਿਨਸ ਨੂੰ ਸਾਰੇ ਨੂੰ ਮੈਂ ਆਪ ਦਾ ਮਨ ਲਗਾਉਣ ਨੂੰ ਵੀ ਮੈਂ ਜੀ ਲੱਗਿਆ ਰਵੇ ਤਾਂ ਮੈਂ ਉਹਨਾਂ ਨੂੰ ਐਦਾ ਪ੍ਰੋਪਰ ਨਕਲੀ ਫੈਮਿਲੀ ਬਣਾ ਕੇ ਆਪ ਦਾ ਜੀ ਲਵਾਇਆ ਉੱਥੇ ਥੋੜੇ ਸਾਲ ਤੇ ਮੰਮੀ ਡੈਡ ਨੂੰ ਵੀ ਨਹੀਂ ਦੱਸਿਆ ਸੋ ਸਟਾਰਟ ਦੇ ਵਿੱਚ ਬਹੁਤ ਔਖਾ ਰਿਹਾ ਸੀ ਮੈਨੂੰ ਯਾਦ ਹੈ ਛੋਟੇ ਹੁੰਦੇ ਬਟ ਉਹ ਤੋਂ ਬਾਅਦ ਫਿਰ ਮੈਂ ਜਲਦੀ ਦੋਸਤ ਬਣਾ ਲੈਣੀ ਹੈ ਫਿਰ ਦੋਸਤ ਉਸ ਬਣਾ ਲਏ ਮੈਨੂੰ ਨੇ ਬਿਲਕੁਲ ਤੁਹਾਡ ਫਾਈਨਲੀ ਜਦੋਂ ਮੈਂ ਨਾਨੇ ਨਾਨੀ ਕੋਲੇ ਖੋਸ਼ ਸੀ ਤੁਸੀਂ ਮੈਨੂੰ ਉੱਥੋਂ ਲਿਆਏ ਪੰਜਾਬੀ ਗਾਣੇ ਜਾਂ ਕੋਈ ਵੀ ਪੰਜਾਬੀ ਸ਼ੋਅ ਜਿਹਦਾ ਮੈਂ ਤੁਹਾਨੂੰ ਦੱਸਿਆ ਮੇਰੀ ਮੰਮੀ ਥੋੜਾ ਸ਼ੋਅ ਬੜਾ ਦੇਖਦੇ ਨੇ ਤਾਂ ਉਹ ਚੀਜ਼ਾਂ এনवायरमेंट ਕਰਕੇ ਵੀ ਫਰ ਬਹੁਤ ਫਰਕ ਪੈਂਦਾ ਆ ਸੋ ਸਾਡੇ ਘਰੇ ਹੀ ਉਹ এনवायरमेंट ਰਹਿੰਦਾ ਆ ਤੇ ਉਹਦੇ ਕਰਕੇ ਜੇ ਮੈਂ ਮੜਾ ਮੋਟਾ ਚੇਂਜ ਹੋਣਾ ਵੀ ਸੀ ਉਹ ਵੀ ਨਹੀਂ ਹੋਈ ਹੈਗੀ ਉਹ ਸੇਮ ਹੀ ਅਸੀਂ ਮੇਨਟੇਨ ਕਰਕੇ ਰੱਖਿਆ ਐਂਡ ਟੀਵੀ ਤੇ ਆਉਣ ਤੋਂ ਪਹਿਲਾਂ ਦੀ ਜਿਹੜੀ ਇਹ ਵਿਚਾਲੀ ਤੁਹਾਡੀ ਜਰਨੀ ਸੀਗੀ ਉਹ ਕੀ ਸੀਗੀ ਤੇ ਪੁਲਿਸ ਆਫਸਰ ਕੁੜੀਆਂ ਘਟਿਆ ਉਦੋਂ ਬਹੁਤ ਥੋੜੀਆਂ ਸੀ ਸਾਡੇ ਉੱਥੇ ਸਰੀਚ ਤੇ ਤੇ ਤੂੰ ਰੂਪੇ ਬਣ ਜਾ ਮੈਂ ਠੀਕ ਆ ਮਤਲਬ ਮੈਨੂੰ ਮੇਰੀ ਡੈਡੀ ਨੇ ਬੜੀ ਬਣਦੀ ਆ ਤੇ ਇਸ ਕਰਕੇ ਮੈਨੂੰ ਸੀਗਾ ਕਿ ਓਕੇ ਠੀਕ ਆ ਉਹਨਾਂ ਦੀ ਖੁਸ਼ੀ ਕਰਕੇ ਬਣ ਜੰਨੇ ਆ ਤੁਹਾਡੇ ਨਾਮ ਰੂਪਿੰਦਰ ਤੇ ਉਸ ਤੋਂ ਬਾਅਦ ਰੂਪੀ ਕਿਨੇ ਰੱਖਿਆ ਸੀ ਮੇਰੀ ਦਾਦੀ ਜੀ ਨੇ ਦੋਨੇ ਨਾਮ ਉਹਨਾਂ ਨੇ ਦੇਨੇ ਜੀ ਉਹਨਾਂ ਨੇ ਕਿਹਾ ਮੇਰਾ ਨਾਮ ਮੰਮੀ ਨੇ ਇਹ ਪਹਿਲਾ ਜੋਤੀ ਰੱਖਿਆ ਸੀ ਫਿਰ ਮੈਂ ਜਦੋਂ ਉਹਨਾਂ ਨੇ ਪੰਜਾਬ ਭੇਜਿਆ ਉਹ ਜਦੋਂ ਮੈਂ ਮਤਲਬ ਗਈ ਸੀ ਆਪਦੇ ਪਾਪਾ ਨਾਲ ਤੇ ਉਦੋਂ ਮੇਰੀ ਦਾਦੀ ਨੇ ਨਾਮ ਬਦਲਤਾ ਸੀ ਹਸੋ ਰੂਪੀ ਤੇ ਫਿਰ ਰੁਪਿੰਦਰ ਉਹਨਾਂ ਨੂੰ ਗੁੱਸਾ ਤਾਂ ਨਹੀਂ ਆਇਆ ਮੰਮੀ ਨੂੰ ਉਹ ਉਹਨਾਂ ਨੂੰ ਬੜਾ ਗੁੱਸਾ ਆਇਆ ਮੇਰੀ ਮੰਮੀ ਕਹਿੰਦੀ ਮੇਰੀ ਮੰਮੀ ਦਾ ਨਾਮ ਐਕਚੁਅਲੀ ਹਰਪ੍ਰੀਤ ਆ ਤੇ ਮੇਰੀ ਮੰਮੀ ਆਲਵੇਜ਼ ਕਹਿੰਦੀ ਮੇਰਾ ਨਾਮ ਇੰਨਾ ਮਾਡਰਨ ਆ ਤੇ ਮੇਰੀ ਕੁੜੀ ਦਾ ਰੁਪਿੰਦਰ ਹੈ ਰੂਪੀ ਇਹ ਤਾਂ ਹੋਰ ਕੋਈ ਸੋਹਣਾ ਨਾਮ ਰੱਖ ਦਿੰਦੀ ਤੇ ਵਰਨੀ ਜੀ ਉਹ ਨਾਮ ਉਹਨਾਂ ਨੇ ਰੱਖਿਆ ਵੀ ਸੋਸ਼ਲ ਵੇਖ ਰਹੀ ਤੁਸੀਂ ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਸਪੈਸ਼ਲ ਇੰਟਰਵਿਊ ਸਾਡੇ ਵੈਰੀ ਸਪੈਸ਼ਲ ਗੈਸਟ ਦੇ ਨਾਲ ਹੋਏਗੀ ਮੇਰੇ ਨਾਲ ਨਾਲ ਅੱਜ ਮੇਰੀ ਟੀਮ ਨੂੰ ਵੀ ਬਹੁਤ ਚਾ ਸੀ ਕਿ ਸਾਡੇ ਸਟੂਡੀਓ ਅਜ ਰੂਪੀ ਗਿੱਲ ਨੇ ਆਉਣਾ ਹੈ ਰੂਪੀ ਤੁਹਾਡਾ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਦਾਂ ਤੁਸੀਂ ਬਹੁਤ ਵਧੀਆ ਜੀ ਮੈਂ ਤੁਹਾਨੂੰ ਹੀ ਬਚਣ ਲੱਗੀ ਤੁਸੀਂ ਠੀਕ ਹੋ ਜੀ ਮੈਂ ਠੀਕ ਹਾਂ ਅੱਜ ਸਾਡੀ ਸਾਰੀ ਟੀਮ ਨੂੰ ਸੱਚੀ ਬਹੁਤ ਚਾ ਸੀਗਾ। ਅੱਛਾ ਜੀ। ਹਾਂ ਸਾਡੇ ਐਡੀਟਰ ਉਹਨਾਂ ਨੂੰ ਕੋਈ ਜ਼ਿਆਦਾ ਐਵੇਂ ਹੁੰਦਾ ਨਹੀਂ ਕਿ ਕੌਣ ਗੈਸਟ ਆ ਰਿਹਾ ਜਾਂ ਕਿੱਦਾਂ ਕਿਉਂਕਿ ਉਹ ਆਪਣਾ ਐਡੀਟਿੰਗ 'ਚ ਬਿਜ਼ੀ ਰਹਿੰਦੇ ਨੇ। ਹਾਂਜੀ। ਤੇ ਅੱਜ ਮੈਨੂੰ ਐਸੀ ਪੁੱਛ ਰੇ ਸੀ ਕਹਿੰਦੇ ਅੱਜ ਕਿਹਨੇ ਆਉਣਾ ਹੈ। ਮੈਂ ਕਿਹਾ ਅੱਜ ਰੁਪੀ ਆ ਰਿਹਾ। ਕਹਿੰਦੇ ਉਹ ਵਾਓ। ਮੈਂ ਕਿਹਾ ਤੂੰ ਉਹਨੂੰ ਇੰਨਾ ਕਿਉਂ ਚਾਹਉ ਯਾਰ। ਵਾਹ ਵਾਹ। ਥੈਂਕ ਯੂ so much ਟੀ। ਤੇ ਉਹ ਕਹਿੰਦੇ ਕਿ ਮੈਂ ਰਾਤ ਹੀ ਹਲੇ ਉਹਨਾਂ ਦੀ ਫਿਲਮ ਦੇਖ ਰਿਹਾ ਸੀਗਾ ਇੱਕ। ਜੀ। ਤੇ ਕਿਨੇ ਮੈਂ ਸੋਚ ਰਿਆ ਸੀਗਾ ਕਿ ਆਪਾਂ ਹਲੇ ਤੱਕ ਉਹਨਾਂ ਨੂੰ ਇੰਟਰਵਿਊ ਕਿਉਂ ਨਹੀਂ ਕੀਤਾ ਹਾਂਜੀ ਹਾਂਜੀ ਤੇ ਮੈਂ ਕਿਹਾ ਮੈਂ ਕੱਲ ਕਰੇ ਪਹੁੰਚੀ ਸੀ ਤਾਂ ਮੈਨੂੰ ਫੋਨ ਆਇਆ ਕਿ ਆਪਾਂ ਰੂਪੀ ਉਹਨਾਂ ਦਾ ਇੰਟਰਵਿਊ ਕਰਨਾ ਮੈਂ ਕਿਹਾ ਦੇਖੋ ਤੁਸੀਂ ਇੰਨੀ ਸ਼ਿੱਦਤ ਨਾਲ ਚਾਇਆ ਸੱਚੀ ਜੀ ਤੇ ਮਤਲਬ ਨੈਕਸਟ ਮਿੰਟ ਉਹਨਾਂ ਦੀ ਇੰਟਰਵਿਊ ਫਾਈਨਲ ਹੋ ਗਈ ਸਹੀ ਗੱਲ ਹੈ ਸਹੀ ਗੱਲ ਹੈ ਸੱਚੀ ਸੋ ਤੁਸੀਂ ਸੁਣਾਓ ਕਿਵੇਂ ਚੱਲ ਰਿਹਾ ਫਿਲਮ ਦੀ ਪ੍ਰੋਮੋਸ਼ਨ ਕਰ ਰਹੇ ਹੋ ਸੋ ਕਿਦਾਂ ਦਾ ਕਿਦਾਂ ਫੀਲ ਹੋ ਰਿਹਾ ਹਾਂ ਬਹੁਤ ਵਧੀਆ ਫੀਲ ਹੋ ਰਿਹਾ ਜੀ ਥੋੜੀ ਜੀ ਨਰਵਸਨੈਸ ਹੈ ਮੈਂ ਵੈਸੇ ਕਦੇ মিডিਆ ਨਾਲ ਇੰਨਾ ਇੰਟਰੈਕਟ ਨਹੀਂ ਕੀਤਾ ਤਾਂ ਥੋੜਾ ਜਿਹਾ ਮਤਲਬ ਅ ਇੰਟਰਵਿਊਸ ਦੇਣਾ ਥੋੜਾ ਜਿਹਾ ਔਖਾ ਲੱਗ ਰਿਹਾ ਆ ਥੋੜਾ ਜਿਹਾ ਬੋਲਣਾ ਹੌਲੀ ਹੌਲੀ ਸਿੱਖੂਗੀ ਤੇ ਵੈਸੇ ਉਦਾਂ ਮੈਂ ਬਹੁਤ ਮੈਨੂੰ ਮਤਲਬ ਹੁੰਦਾ ਨਾ ਗ੍ਰੇਟਫੁਲ ਬੰਦਾ ਫੀਲ ਕਰ ਰਹੀ ਹਾਂ ਦਾ ਗ੍ਰੈਟੀਟਿਊਡ ਦੇ ਵਿੱਚ ਬਹੁਤ ਜ਼ਿਆਦਾ ਹੈ ਇਸ ਟਾਈਮ ਸੋ ਮੈਂ ਬਸ ਮਿੰਟ-ਮਿੰਟ ਚ ਮਿੰਟ-ਮਿੰਟ ਬਾਅਦ ਰੱਬ ਦਾ ਸ਼ੁਕਰਾਨਾ ਕਰ ਰਹੀ ਹਾਂ ਬਸ ਜੀ ਮੈਨੂੰ ਲੱਗਿਆ ਤੁਸੀਂ ਕਹੋਗੇ ਮੈਂ ਮਿੰਟ-ਮਿੰਟ ਬਾਅਦ ਰੋ ਪੈਣੀ ਆ ਕਿਉਂਕਿ ਮੈਨੂੰ ਪਤਾ ਲੱਗੇਗਾ ਕਿ ਤੁਸੀਂ ਇਮੋਸ਼ਨਲ ਵੀ ਕਾਫੀ ਹੋ ਹੇ ਰੱਬਾ ਐਸੀ ਗੱਲ ਹੈ ਜੀ ਮੈਂ ਅ ਪਤਾ ਨਹੀਂ ਬਹੁਤ ਛੇਤੀ ਰੋ ਦਿੰਦੀ ਆ ਬਹੁਤ ਛੇਤੀ ਮੈਂ ਓਵਰ ਸੈਂਸਿਟਿਵ ਆ ਮੈਨੂੰ ਲੱਗਦਾ ਓਵਰ ਸੈਂਸਿਟਿਵ ਅੱਗੇ ਮੈਨੂੰ ਲੱਗਦਾ ਹੁੰਦਾ ਸੀ ਕਿ ਨਹੀਂ ਇਹ ਵਧੀਆ ਗੱਲ ਨਹੀਂ ਹੈਗੀ ਬਟ ਹੁਣ ਮੈਂ ਥੋੜਾ ਮੈਂ ਆਪਣੇ ਆਪ ਨੂੰ ਐਕਸੈਪਟ ਕਰ ਲਿਆ ਆ ਸੋ ਮੈਨੂੰ ਲੱਗਦਾ ਇਟਸ ਓਕੇ ਤੇ ਮੈਂ ਨਾ ਕੋਈ ਮੈਨੂੰ ਮਾੜੀ ਜੀ ਕੋਈ ਗੱਲ ਕਹਿ ਦਵੇ ਤਾਂ ਮੈਂ ਮੈਂ ਬਹੁਤ ਛੇਤੀ ਮੇਰਾ ਰੋਣਾ ਨਿਕਲ ਜਾਂਦਾ ਹੈ ਪਤਾ ਨਹੀਂ ਕਿਉਂ ਤੇ ਉਹ ਸੈਟ ਜਿਹੜੀ ਤੁਸੀਂ ਉਹਦੇ ਬਾਰੇ ਸੁਣਿਆ ਆ ਉਹ ਤਾਂ ਮੈਂ ਚਾਕਲੇਟ ਕਰਕੇ ਥੋੜਾ ਜਿਆਦਾ ਰੋ ਪੀ ਸੀ ਜੀ ਠੀਕ ਹੈ ਪਰ ਜਦੋਂ ਮੈਂ ਜਦੋਂ ਅਸੀਂ ਤੁਹਾਨੂੰ ਕੰਮ ਕਰਦੇ ਆ ਵੀ ਦੇਖਿਆ ਨਾ ਗੀਤਾਂ ਦੇ ਵਿੱਚ ਵੀ ਜਾਂ ਫਿਲਮਾਂ ਅਸ਼ਕੇ ਤੋਂ ਲੈ ਕੇ ਹੁਣ ਤੱਕ ਹਨਾ ਫਿਲਮਾਂ 'ਚ ਵੀ ਮੈਨੂੰ ਲੱਗਿਆ ਸੀਗਾ ਵੀ ਇਹ ਕੁੜੀ ਜਿਵੇਂ ਕੁਝ ਉਮਰ ਤੋਂ ਬਾਅਦ ਕੈਨੇਡਾ ਗਈ ਹੋਣੀ ਆ ਕਿਉਂਕਿ ਤੁਹਾਡੀ ਬੋਲੀ ਤੋਂ ਜਾਂ ਫਿਰ ਤੁਸੀਂ ਜਦੋਂ ਕਿਸੇ ਨੂੰ ਮਿਲਦੇ ਹੋ ਕਿਉਂਕਿ ਮੈਂ ਮਤਲਬ ਇਧਰ ਉਧਰ ਕਾਫੀ ਜਾਣਿਆ ਤਾਂ ਤੁਹਾਡੇ ਬਾਰੇ ਸੁਣਿਆ ਜੀ ਕਿ ਬਹੁਤ ਪਿਆਰੀ ਕੁੜੀ ਆ ਇੰਨੇ ਮਿੱਠੇ ਸੁਭਾਅ ਦੀ ਆ ਇੰਨਾ ਖੁੱਲ ਕੇ ਮਿਲਦੀ ਆ ਉਹ ਤਾਂ ਜੀ ਮੈਨੂੰ ਲੱਗਿਆ ਸੀਗਾ ਕਿ ਤੁਸੀਂ ਇੱਕ ਉਮਰ ਜਿਵੇਂ 15-16 ਸਾਲ ਦੀ ਉਮਰ ਤੋਂ ਬਾਅਦ ਫਿਰ ਤੁਸੀਂ ਕੈਨੇਡਾ ਮੂਵ ਹੋਏ ਹੋਮ ਹੋਗੇ ਪਰ ਮੈਂ ਜਿਵੇਂ ਹੁਣ ਆਪਣੀ ਇੰਟਰਵਿਊ ਸੀਗੀ ਤਾਂ ਮੈਂ ਤੁਹਾਡੇ ਬਾਰੇ ਕੁਝ ਸਰਚ ਕਰ ਰਹੀ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਤੁਸੀਂ ਉਧਰ ਲਈ ਬੌਨ ਬਰਾਟਾ ਪੋਂ ਜੀ ਫਿਰ ਮੈਨੂੰ ਲੱਗਿਆ ਵੀ ਇਹ ਤਾਂ ਬਹੁਤ ਕਮਾਲ ਦੀ ਗੱਲ ਹੈ ਕਿ ਇੰਨੀ ਸੋਹਣੀ ਤੇ ਠੇਠ ਪੰਜਾਬੀ ਤੇ ਦੂਸਰੋ ਜਿਵੇਂ ਤੁਸੀਂ ਆਪਣੇ ਆਪ ਨੂੰ ਕੈਰੀ ਕਰਦੇ ਹੋ ਹੈਨਾ ਇਹ ਨਹੀਂ ਕਿ ਤੁਸੀਂ 24 ਘੰਟੇ ਇਸੇ ਪਹਿਰਾਵੇ ਚ ਹੁੰਨੇ ਹੋ ਪਰ ਫਿਰ ਵੀ ਸੂਟਾਂ ਦੇ ਨਾਲ ਪਿਆਰ ਹੋਣਾ ਜਾਂ ਫਿਰ ਜਦੋਂ ਮੈਂ ਤੁਹਾਡੀ ਇੰਸਟਾਗ੍ਰam 'ਕਈ ਵਾਰ ਸਟੋਰੀਜ਼ ਦੇਖਦੀਆਂ ਤਾਂ ਉੱਥੇ ਬਹੁਤ ਯਰ ਸਟੋਰੀਜ਼ ਇਦਾਂ ਦੀਆਂ ਹੁੰਦੀਆਂ ਨੇ ਜਿਵੇਂ ਪੰਜਾਬ ਰਿਲੇਟਡ ਹੁੰਦੀਆਂ ਨੇ ਜਾਂ ਪਿੱਛੇ ਜਿਹੜਾ ਸਾਡਾ ਫਾਰਮਰ ਪ੍ਰੋਟੈਸਟ ਹੋਇਆ ਸੀਗਾ ਉਹਦੀਆਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਸ਼ੇਅਰ ਕੀਤੀਆਂ ਹੋਈਆਂ ਹਨਾ ਜੀ 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 ਤੇ ਇਹ ਮੈਨੂੰ ਪੂਰੀ ਜਰਨੀ ਦੱਸੋ ਆਪਣੇ ਕਿ ਜਿਵੇਂ ਕਹਿੰਦੇ ਹੁੰਦੇ ਰਹੀਏ ਜਿੱਥੇ ਮਰਜੀ ਫਿਰ ਵੀ ਦਿਲ ਪੰਜਾਬੀ 100% ਦੀ 100% ਮੈਂ ਆਈ ਥਿੰਕ ਮੈਂ ਪਹਿਲਾਂ ਵੀ ਦੱਸਿਆ ਹੋਇਆ ਮੈਂ ਮੇਰਾ ਬਰਥ ਤਾਂ ਚਲੋ ਕੈਨੇਡਾ ਦਾ ਕੈਨੇਡਾ ਦਾ ਆ ਪਰ ਮੈਂ ਛੋਟੇ ਹੁੰਦੇ ਆ ਗਈ ਸੀ ਆਈ ਥਿੰਕ 9 ਮਹੀਨਿਆਂ ਦੀ ਸੀਗੀ ਉਦੋਂ ਮੇਰੇ ਪਾਪਾ ਇੱਥੇ ਆ ਗਏ ਸੀਗੇ ਮੈਨੂੰ ਲੈ ਕੇ ਤਾਂ ਮੈਂ ਉਸ ਤੋਂ ਬਾਅਦ ਆਪਦੇ ਦਾਦਾ ਦਾਦੀ ਜੀ ਕੋਲ ਹੀ ਰਹੀ ਆ ਅਸੀਂ ਪਿੰਡ 'ਚ ਮੈਂ ਪਿੰਡ 'ਚ ਹੀ ਰਹੀ ਆ ਤਾਂ ਮੇਰੀ ਜੋ ਸੁਰਤ ਆ ਉਹ ਪੰਜਾਬ 'ਚ ਹੀ ਖੁੱਲੀ ਆ ਤਾਂ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਆਈ ਥਿੰਕ 5 ਸਾਲਾਂ ਦੀ ਸੀ ਜਦੋਂ ਵਾਪਸ ਚਲ ਗਈ ਸੀ ਤਾਂ ਉਹ ਉਦੋਂ ਬਾਅਦ ਨਾ ਮੈਨੂੰ ਥੋੜਾ ਜਿਹਾ ਏਦਾਂ ਉੱਥੇ ਵੀ ਜਾ ਕੇ ਫੀਲ ਹੋਇਆ ਕਿ ਜਿੱਦਾਂ ਹੁੰਦਾ ਨਹੀਂ ਆਈਡੈਂਟੀਟੀ ਕ੍ਰਾਈਸਿਸ ਬੰਦੇ ਨੂੰ ਥੋੜਾ ਜਿਹਾ ਹੁੰਦਾ ਕਿ ਤੁਹਾਡਾ ਤੁਸੀਂ ਮਤਲਬ ਤੁਸੀਂ ਬ੍ਰੌਟ ਅਪ ਇੱਥੇ ਹੁੰਨੇ ਹੋ ਕੈਨੇਡਾ ਜਾਣਾ ਪਹਿਰੇ ਉੱਥੇ ਨਾ ਮੈਨੂੰ ਮਤਲਬ ਇੰਗਲਿਸ਼ ਆਉਂਦੀ ਸੀ ਮੇਰੇ ਦੋਸਤਾਂ ਨੂੰ ਜਿੱਦਾਂ ਉਹਨਾਂ ਨੂੰ ਮਤਲਬ ਮੇਰੇ ਦੋਸਤ ਚਲੋ ਉਹਦਾ ਨਹੀਂ ਸੀਗੀ ਪਰ ਹੌਲੀ ਹੌਲੀ ਜਦੋਂ ਬੜੇ ਤਾਂ ਮੇਰਾ ਹਮੇਸ਼ਾ ਬੈਕ ਆਫ ਮਾਈਂਡ ਜੋ ਤੁਸੀਂ ਸ਼ੁਰੂਆਤ ਚ ਦੇਖਿਆ ਹੁੰਦਾ ਹੈ ਤੁਸੀਂ ਉਹੀ ਤੁਸੀਂ ਉਹ ਦਿਮਾਗ ਚ ਰਹਿੰਦਾ ਪੰਜਾਬੀ ਗਾਣੇ ਉਹ ਹੋਰ ਸੁਣਦੇ ਸੀ ਹੈਗੇ ਪੰਜਾਬੀ ਉਹ ਵੀ ਨੇ ਬਟ ਕੀ ਹੁੰਦਾ ਕਿ ਸਾਡੇ ਪੇਰੈਂਟਸ ਕੰਮ ਤੇ ਹੁੰਦੇ ਆ ਤਾਂ ਉੱਥੇ ਜਵਾ ਕਿੰਨਾ ਜ਼ਿਆਦਾ ਨਹੀਂ ਮਤਲਬ ਉਸ ਚੀਜ਼ ਨਾਲ ਰਿਲੇਟ ਕਰ ਪਾਉਂਦੇ ਅਨਲੈਸ ਉਹਨਾਂ ਦੇ ਕੋਲ ਮਤਨ ਨਾਨਾ ਨਾਨੀ ਕੋ ਰਹਿੰਦੇ ਆ ਦਾਦਾ ਦਾਦੀ ਕੋ ਫੇਰ ਤਾਂ ਚਲੋ ਫਰਕ ਹੁੰਦਾ ਆ ਬਟ ਫਿਰ ਵੀ ਕਿਤੇ ਨਾ ਕਿਤੇ ਤੁਸੀਂ ਜੋ ਸਕੂਲ ਚ ਹੁੰਨੇ ਹੋ ਤੁਸੀਂ ਹੋਰ ਚੀਜ਼ਾਂ ਵਗੈਰਾ ਸੁਣਦੇ ਹੋ ਨਾ ਇੰਗਲਿਸ਼ ਵਗੈਰਾ ਥੋੜਾ ਆਟੋਮੈਟਿਕ ਹੋ ਜਾਂਦਾ ਤਾਂ ਮੇਰਾ ਕਦੇ ਵੀ ਮੈਨੂੰ ਲੱਗਦਾ ਛੋਟੇ ਹੁੰਦੇ ਤੋਂ ਹੀ ਮੈਂ ਕਦੇ ਵੀ ਇੰਗਲਿਸ਼ ਗਾਣੇ ਕਦੇ ਨਹੀਂ ਸੁਨੇ ਇੰਗਲਿਸ਼ ਗਾਣੇ ਮੈਂ ਹਮੇਸ਼ਾ ਪੰਜਾਬੀ ਗਾਣੇ ਹੀ ਸੁਨੇ ਆ ਪੰਜਾਬ ਨਾਲ ਹੀ ਮੇਰਾ ਉਹ ਵਾਪਸ ਜਿਹਦਾ ਤੁਹਾਡਾ ਇੱਕ ਕਨੈਕਸ਼ਨ ਹੁੰਦਾ ਹੈ ਕਨੈਕਸ਼ਨ ਤੇ ਚਲੋ ਵਰਤੋਈਆਂ ਬਟ ਜੋ ਤੁਸੀਂ ਛੋਟੇ ਨੇ ਜੋ ਮੇਰੀ ਸੁਰਸੀ ਮੇਰੇ ਦਾਦਾ-ਦਾਦੀ ਜੀ ਨੇ ਜੋ ਮੈਨੂੰ ਸਿਖਾਇਆ ਛੋਟੇ ਹੁੰਦੇ ਤੋਂ ਲੈ ਕੇ ਜੋ ਮੈਂ ਉਹਨਾਂ ਦੇ ਮਤਲਬ ਹੱਥੋਂ ਖਾਦਾ ਸਾਰਾ ਕੁਝ ਸੇਮ ਉਹ ਮੇਰੇ ਹਮੇਸ਼ਾ ਅੱਜ ਤੱਕ ਮੇਰੇ ਉਹ ਚੀਜ਼ਾਂ ਮਤਲਬ ਅੰਦਰ ਨੇ ਤੇ ਉਹ ਮੈਂ ਭੁੱਲ ਵੀ ਨਹੀਂ ਸਕਦੀ ਉਹ ਕਦੇ ਭੁੱਲਣੀ ਮਤਲਬ ਮੈਂ ਭੁੱਲਨੀ ਆਟੋਮੈਟਿਕ ਉਹ ਕੀ ਹੁੰਦਾ ਮੇਰੇ ਡੈਡੀ ਹਮੇਸ਼ਾ ਕਹਿੰਦੇ ਹੁੰਦੇ ਕਿ ਕੋਈ ਨਾ ਕੋਈ ਰੀਜ਼ਨ ਲਈ ਕੋਈ ਚੀਜ਼ ਹੁੰਦੀ ਆ ਤੇ ਮੇਬੀ ਇੰਡਸਟਰੀ ਚ ਜਾਣਾ ਸੀਗਾ ਤਾਂ ਕਰਕੇ ਬਟ ਉਹ ਚੀਜ਼ਾਂ ਮੇਰੇ ਐਕਚੁਅਲ ਬਹੁਤ ਜ਼ਿਆਦਾ ਅੰਦਰ ਮਤਲਬ ਪੰਜਾਬ ਨੂੰ ਲੈ ਕੇ ਤਾਂ ਮਤਲਬ ਮੈਂ ਸੱਚੀ ਇਮੋਸ਼ਨਲ ਵੀ ਹੋ ਜਾਂਦੀ ਆ ਕਦੇ-ਕਦੇ ਬਿਕਾਜ਼ ਮੈਂ ਇੰਨਾ ਜ਼ਿਆਦਾ ਮੇਰਾ ਬੈਸਟ ਚਾਈਲਡਹੂਡ ਸੀ ਸੱਚੀ ਮੈਂ ਬੈਸਟ ਸਭ ਦੁਨੀਆ ਦਾ ਸਭ ਤੋਂ ਮਿਲਦਾ ਹੁੰਦਾ ਮੇਰਾ ਬੈਸਟ ਚਾਈਲਡਹੂਡ ਸੀਗਾ ਜੋ ਪੰਜਾਬ 'ਚ ਸੀ ਮੇਰੇ ਉਹਨਾਂ ਨਾਲ ਪਰ 5 ਸਾਲ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਜੇ ਮੇਰੀ ਬੇਟੀ ਹੁਣ 5 ਸਾਲ ਦੀ ਆ ਹਨਾ ਸਾਨੂੰ ਮੈਨੂੰ ਇਹ ਲੱਗਦਾ ਹੈ ਕਿ ਜੋ ਚੀਜ਼ਾਂ ਅਸੀਂ ਚਾਹੁੰਦੇ ਆ ਕਿ ਅਸੀਂ ਜਦੋਂ ਇਹ 20 ਤੋਂ 25 ਸਾਲ ਦੀ ਉਮਰ ਦੇ ਵਿੱਚ ਹੋਵੇ ਜਦੋਂ ਅਸੀਂ ਉਸ ਉਮਰ 'ਚ ਜਿਹੜੀਆਂ ਅਸੀਂ ਇਹਦੇ 'ਚ ਚੀਜ਼ਾਂ ਦੇਖਣੀਆਂ ਚਾਹੁੰਦੇ ਆ ਜੀ ਤਾਂ ਮੈਨੂੰ ਲੱਗਦਾ ਕਿ ਜੇ ਅਸੀਂ ਉਹਨੂੰ ਹੁਣ ਸਿਖਾ ਦਈਏ ਜੀ ਤਾਂ ਸਾਡੇ ਕੋਲ ਆਹੀ ਟਾਈਮ ਆ ਹਨਾ ਕਿਉਂਕਿ 7 ਸਾਲ ਤੱਕ ਨਿਆਣੇ ਦਾ ਜਿਹੜਾ ਮਾਈਂਡ ਉਹ ਵੀ ਤੁਹਾਡੇ ਕੋਲੇ ਹੁੰਦਾ ਆ ਉਹਦਾ ਸਰੀਰ ਉਹਨੂੰ ਤੁਸੀਂ ਜੋ ਬਣਾਉਣਾ ਚਾਹੁੰਦੇ ਹੋ ਬਣ ਸਕਦਾ ਹੁੰਦਾ ਹੋਵੇ ਦਾ ਹਨਾ ਜੀ ਪਰ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ ਉਹ ਉਮਰ ਬਹੁਤ ਛੋਟੀ ਵੀ ਹੁੰਦੀ ਆ ਉਸ ਤੋਂ ਬਾਅਦ ਜਿਹੜੀ ਇੱਕ ਲੰਮੀ ਉਮਰ ਹੁੰਦੀ ਆ ਤੁਸੀਂ ਉਧਰ guzari ਆ ਜੀ ਤਾਂ ਉਹਦਾ ਵੀ ਇੰਪੈਕਟ ਕਿਤੇ ਨਾ ਕਿਤੇ ਰਹਿੰਦਾ ਹੈ ਨਾ ਮੇ ਆਪਦੇ ਬਹੁਤ ਸਾਰੇ ਇਦਾਂ ਦੇ ਸਾਡੇ ਰਿਲੇਟਿਵ ਵੀ ਨੇ ਮੇਰੇ ਦੋਸਤ ਵੀ ਨੇ ਜਿਹੜੇ ਆਪਦੇ ਪੂਰੀ ਸੁਰਤ ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜਾਂ ਆਫਟਰ ਪਲੱਸ 2 ਗਏ ਨੇਗੇ ਤਾਂ ਮੈਂ ਦੇਖਿਆ ਕਿ ਉਹ ਕਾਫੀ ਬਦਲ ਗਏ ਨੇਗੇ ਅੱਛਾ ਹਨਾ ਮੈਂ ਮੈਂ ਸੋਚਿਆ ਨਹੀਂ ਸੀਗਾ ਵੀ ਜਿਹੜੀ ਉਮਰ ਚ ਗਏ ਨੇ ਤਾਂ ਇੰਨਾ ਤੇ ਉਧਰ ਲ ਕੋਈ ਮਾੜਾ ਮੋਟਾ ਵੀ ਪ੍ਰਭਾਵ ਆ ਸਕਦਾ ਪਰ ਜਦੋਂ ਹੁਣ ਅਸੀਂ ਉਹਨਾਂ ਨਾਲ ਕਦੇ ਕਦੇ ਗੱਲ ਕਰਦੇ ਆ ਵੀ ਸੁਣਦੇ ਆ ਉਹ ਬਿਲਕੁਲ ਉਵੇਂ ਗੱਲ ਕਰਦੇ ਨੇ ਜਿਵੇਂ ਬੌਰਨ ਬ੍ਰੌਟ ਅਪ ਉਧਰਲੇ ਹੁੰਦੇ ਨੇ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਪਰ ਉਹ ਚੀਜ਼ ਨੂੰ ਮੇਨਟੇਨ ਰੱਖਣਾ ਕਿ ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਆ ਜਾਂ ਤੁਹਾਨੂੰ ਪੰਜ ਸਾਲ ਇੱਨੇ ਕੀਮਤੀ ਲੱਗੇ ਕਿ ਤੁਹਾਨੂੰ ਲੱਗਿਆ ਕਿ ਮੇਰੀ ਪੂਰੀ ਜ਼ਿੰਦਗੀ ਉਦਾਂ ਦੀ ਹੋਣੀ ਚਾਹੀਦੀ ਆ ਮੇਰਾ ਆਈ ਥਿੰਕ ਹੈ ਬਿਕਾਜ਼ ਮੈਨੂੰ ਲੱਗਦਾ ਹੈ ਨਾ ਕਿ ਉਹ ਵਾਪਸ ਕਿਉਂਕਿ ਮੇਰੇ ਦਾਦਾ ਦਾਦੀ ਜੀ ਨਹੀਂ ਹੈਗੇ ਹੁਣ ਤਾਂ ਉਹ ਥੋੜੇ ਟਾਈਮ ਬਾਦੀ ਉਹ ਐਕਸਪਾਇਰ ਹੋ ਗਏ ਸੀ ਜਦੋਂ ਮੈਂ ਵਾਪਸ ਆਈ ਆ ਤਾਂ ਮੀਬੀ ਮੈਂ ਉਹ ਚੀਜ਼ ਨੂੰ ਬਹੁਤ ਜ਼ਿਆਦਾ ਹੋਲਡ ਕਰਕੇ ਰੱਖਿਆ ਹੈ ਆਪਣੇ ਅੰਦਰ ਇਹ ਵੀ ਹੋ ਸਕਦਾ ਹੈ ਕਿ ਜਦੋਂ ਮੈਂ ਕੈਨੇਡਾ ਵਾਪਸ ਗਈ ਉਹ ਮੀਬੀ ਜ਼ਿਆਦਾ ਇਨਾ ਇਨਫਲੂਐਂਸ ਮੇਰੇ ਤੇ ਨਹੀਂ ਉਹ ਹੋਇਆ ਹੈਗਾ ਬਟ ਇਹ ਵੀ ਆ ਕਿ ਕਿ ਮੇਰੇ ਮੰਮੀ ਡੈਡੀ ਘਰੇ ਵੀ ਅਸੀਂ ਜਦੋਂ ਪੰਜਾਬੀ ਹੀ ਬੋਲਦੇ ਆ ਹਾਂਜੀ ਤੇ ਉਹ ਮਤਲਬ ਕੰਮ ਤੇ ਜਰੂਰ ਜਾਂਦੇ ਸੀ ਪਰ ਘਰੇ ਆ ਕੇ ਸਾਡੇ ਘਰੇ ਵੀ ਮਤਲਬ ਪੰਜਾਬੀ ਗਾਣੇ ਜਾਂ ਕੋਈ ਵੀ ਪੰਜਾਬੀ ਸ਼ੋਅ ਜਿਹਦਾ ਮੈਂ ਤੁਹਾਨੂੰ ਦੱਸੇ ਮੇਰੀ ਮੰਮੀ ਥੋੜਾ ਸ਼ੋਅ ਬੜਾ ਦੇਖਦੇ ਨੇ ਤਾਂ ਉਹ ਚੀਜ਼ਾਂ এনवायरमेंट ਕਰਕੇ ਵੀ ਫਰ ਬਹੁਤ ਫਰਕ ਪੈਂਦਾ ਆ ਹੂੰ ਤੇ ਆਈ ਥਿੰਕ ਇਹ ਵੀ ਹੁੰਦਾ ਕਿ ਸਾਡੇ ਪੇਰੈਂਟਸ ਨੇ ਇੰਨੇ ਟਾਈਮ ਦੇ ਉੱਥੇ ਗਏ ਹੋਏ ਆ ਕਿ ਉਹਨਾਂ ਨੂੰ ਆਪ ਉਹ ਬੜਾ ਮਿਸ ਕਰਦੇ ਆ ਪੰਜਾਬ ਨੂੰ ਸੋ ਸਾਡੇ ਘਰੇ ਹੀ ਉਹ এনवायरमेंट ਰਹਿੰਦਾ ਆ ਤੇ ਉਹਦੇ ਕਰਕੇ ਜੇ ਮੈਂ ਮਾੜਾ ਮੋਟਾ ਚੇਂਜ ਹੋਣਾ ਵੀ ਸੀ ਉਹ ਵੀ ਨਹੀਂ ਹੋਈ ਹੈਗੀ ਉਹ ਸੇਮ ਹੀ ਅਸੀਂ ਮੇਨਟੇਨ ਕਰਕੇ ਰੱਖਿਆ ਹੂੰ ਜੀ ਆਪਣੇ ਇੱਥੇ ਪੰਜੋਲਾ ਪਿੰਡਾਂ ਉੱਥੇ ਮੱਗਰ ਸਿੰਘ ਹਵੇਲੀ ਬਣੀ ਹੋਈ ਆ ਤਾਂ ਉਹਨਾਂ ਨੇ ਨਾ ਕੁਝ ਸੈਟਅਪ ਬਣਾਏ ਹੋਏ ਨੇ ਇੱਕ ਪਾਸੇ ਕੱਚਾ ਘਰ ਬਣਾਏ ਹੋਏ ਇੱਕ ਪਾਸੇ ਕੁਝ ਉਹਨਾਂ ਨੇ ਵੈਸਟਰਨ ਲੋਕੇਸ਼ਨਸ ਬਣਾਈਆਂ ਹੋਈਆਂ ਨੇ ਕਿ ਸ਼ੂਟ ਵਗੈਰਾ ਦੇ ਲਈ ਠੀਕ ਹੈ ਤੇ ਉਹ ਭਾਜੀ ਦੱਸਦੇ ਸੀਗੇ ਉਹ ਕਹਿੰਦੇ ਕਿ ਜਿਹੜੇ ਤਾਂ ਐਨਆਰ ਆਉਂਦੇ ਨੇਗੇ ਇੱਥੇ ਉਹ ਚੂਜ਼ ਕਰਦੇ ਨੇ ਕੱਚੇ ਘਰ ਤੇ ਜਿਹੜੇ ਆਪਣੇ ਵਾਲੇ ਹੁੰਦੇ ਨੇ ਕਹਿੰਦੇ ਵੈਸਟਰਨ ਵਾਲ ਉਹ ਕਹਿੰਦੇ ਮਤਲਬ ਜਿਹੜਾ ਜਿਹੜੀ ਚੀਜ਼ ਤੋਂ ਦੂਰ ਆ ਉਸੇ ਵੱਲ ਭੱਜ ਰਿਹਾ 100% ਆਈ ਥਿੰਕ ਜਿਹੜੀ ਚੀਜ਼ ਆਪਣੇ ਕੋਲ ਨਹੀਂ ਹੁੰਦੀ ਹੈਗੀ ਆਪਾਂ ਉਹ ਚੀਜ਼ ਵੱਲ ਹਿਊਮਨ ਹੋ ਆ ਨੇਚਰ ਹੈ ਕਿ ਆਪਾਂ ਉਹਦੋਂ ਨੂੰ ਅਟਰੈਕਟ ਹੋਣੀ ਆ ਆਈ ਥਿੰਕ ਇਹੀ ਗੱਲ ਹੈ ਯੈਸ ਯਾ ਐਂ ਤੁਹਾਡੀ ਅਪਬ੍ਰਿੰਗਿੰਗ ਦੇ ਵਿੱਚ ਤੁਹਾਡੇ ਤੇ ਸਭ ਤੋਂ ਜ਼ਿਆਦਾ ਇਨਫਲੂਐਂਸ ਕੀ ਦਾ ਰਿਹਾ ਤੁਹਾਡੇ ਦਾਦਾ ਦਾਦੀ ਜੀ 100% ਮਮਾ ਡੈਡ ਮੇਰੇ ਦਾਦਾ ਦਾਦੀ ਜੀ ਸਭ ਤੋਂ ਜ਼ਿਆਦਾ ਉਹਨਾਂ ਦਾ ਇਨਫਲੂਐਂਸ ਰਿਹਾ ਮੈਨੂੰ ਯਾਦ ਆ ਮੈਨੂੰ ਆ ਮੈਂ ਪਿਛਲੀ ਇੰਟਰਵਿਊ ਚ ਵੀ ਕਿਹਾ ਸੀ ਕਿ ਮੇਰੇ ਨਾਲ ਮੰਮੀ ਡੈਡੀ ਹਮੇਸ਼ਾ ਸਮ ਟਾਈਮਸ ਅੱਗੇ ਕਹਿੰਦੇ ਹੁੰਦੇ ਸੀਗੇ ਕਿ ਤੈਨੂੰ ਕਿੱਦਾਂ ਯਾਦ ਆ ਆ ਗੱਲ ਤੂੰ ਬਹੁਤ ਛੋਟੀ ਸੀ ਜਦੋਂ ਤੁਸੀਂ ਆ ਤੁਹਾਡੀ ਬੇਟੀ ਬਹੁਤ ਜ਼ਿਆਦਾ ਛੋਟੀ ਹੈ ਬਟ ਆਈ ਆਈ ਉਹਨੂੰ ਯਾਦ ਰਹਿਣਾ ਮੈਨੂੰ ਲੱਗਦਾ ਜਦੋਂ ਉਹ ਯਾਦ ਰਹਿੰਦਾ ਹੁੰਦਾ ਬੱਚੇ ਨੂੰ ਯਾਦ ਹੁੰਦਾ ਸਪੈਸ਼ਲੀ ਜੇ ਕਿ ਉਹ ਜੇ ਵਧੀਆ ਮੈਮਰੀਜ਼ ਹੋਣ ਤਾਂ ਫਿਰ ਆਪਾਂ ਯਾਦ ਰੱਖਦੇ ਆ ਤਾਂ ਮੈਂ ਇੰਨਾ ਜ਼ਿਆਦਾ ਉਹਨਾਂ ਦਾ ਇਨਫਲੂਐਂਸ ਸੀਗਾ ਮੇਰੇ ਤੇ ਉਹ ਕੋਈ ਵੀ ਗੱਲ ਮੈਨੂੰ ਅੱਜ ਤੱਕ ਯਾਦ ਨਹੀਂ ਉਹਨਾਂ ਦੀ ਗੱਲਾਂ ਜਿਹੜੀਆਂ ਸਿਖਾਈਆਂ ਹੋਈਆਂ ਮਤਲਬ ਮੇਰੀ ਦਾਦੀ ਨੇ ਆ ਸੱਚੀ ਛੋਟੇ ਹੁੰਦੇ ਤੋਂ ਵੀ ਉਹਨਾਂ ਨੇ ਮੈਨੂੰ ਪਤਾ ਨਹੀਂ ਆਈ ਡੋਨਟ ਨੋ ਕਿੱਦਾਂ ਉਹਨਾਂ ਨੇ ਸੋਚਿਆ ਹੋਊਗਾ ਕਿ ਮੈਂ ਇਦਾਂ ਚੀਜ਼ਾਂ ਸਿਖਾਵਾਂ ਮੇਰੀ ਤੇ ਮੇਰੀ ਕਜ਼ਨ ਨੂੰ ਮੇਰੇ ਤਾਇਆ ਜੀ ਦੀ ਬੇਟੀ ਨੂੰ ਮਤਲਬ ਸਿਰ ਟਕਣਾ ਆ ਚੀਜ਼ਾਂ ਬਹੁਤ ਜ਼ਿਆਦਾ ਸਾਨੂੰ ਛੋਟੇ ਹੁੰਦੇ ਤੋਂ ਹੀ ਬਠਾ ਉਦੋਂ ਤਾਂ ਸਮਝ ਵੀ ਨਹੀਂ ਹੁੰਦੀ ਹੈਗੀ ਇਹ ਨਾਲ ਜਵਾਕ ਨੂੰ ਬਾਅਦ ਚੋ ਚੀਜ਼ਾਂ ਸੱਚੀ ਯਾਦ ਆਉਂਦੀਆਂ ਨੇ ਹਾਂਜੀ ਇਹ ਚੀਜ਼ਾਂ ਸਾਨੂੰ ਸਿਖਾਈਆਂ ਗਈਆਂ ਛੋਟੇ ਹੁੰਦੇ ਤੋਂ ਉਹਨਾਂ ਦਾ ਬਹੁਤ ਜ਼ਿਆਦਾ ਇਨਫਲੂਐਂਸ ਰਿਹਾ ਹੈ ਮੇਰੇ ਤੇ ਬਹੁਤ ਜ਼ਿਆਦਾ ਸਪੋਇਲਡ ਵੀ ਸੀ ਮੈਂ ਉਹਨਾਂ ਤੋਂ ਮਤਲਬ ਆਈ ਥਿੰਕ ਸਾਰੀ ਉਮਰ ਦਾ ਮਤਲਬ ਮ ਕਾ ਮਤਲਬ ਕਟ ਸਕਦੀ ਹੁਣ ਉਸ ਪਿਆਰ ਨਾਲ ਹਮ ਯਾ ਤੁਹਾਡਾ ਨਾਮ ਰੁਪਿੰਦਰ ਤੇ ਉਸ ਤੋਂ ਬਾਅਦ ਰੂਪੀ ਕਿਨੇ ਰੱਖਿਆ ਸੀ ਇਹ ਦਾਦੀ ਜੀ ਨੇ ਦੋਨੇ ਨਾਮ ਉਹਨਾਂ ਨੇ ਦੇਨੇ। ਜੀ। ਉਹਨਾਂ ਨੇ ਕਿਹਾ ਮੇਰਾ ਨਾਮ ਮੰਮੀ ਨੇ ਪਹਿਲਾਂ ਜੋਤੀ ਰੱਖਿਆ ਸੀ ਫਿਰ ਮੈਂ ਜਦੋਂ ਉਹਨਾਂ ਨੇ ਪੰਜਾਬ ਭੇਜਿਆ ਉਹ ਜਦੋਂ ਮੈਂ ਮਤਲਬ ਗਈ ਸੀ ਆਪਦੇ ਪਾਪਾ ਨਾਲ ਤੇ ਉਦੋਂ ਮੇਰੀ ਦਾਦੀ ਦੇ ਨਾਮ ਬਦਲਤਾ ਸੀ ਹਸੋ ਰੂਪੀ ਤੇ ਫਿਰ ਰੁਪਿੰਦਰ। ਉਹਨਾਂ ਨੂੰ ਗੁੱਸਾ ਤਾਂ ਨਹੀਂ ਆਇਆ। ਮੰਮੀ ਨੂੰ ਉਹ ਉਹਨਾਂ ਨੂੰ ਬੜਾ ਗੁੱਸਾ ਆਇਆ। ਮੇਰੀ ਮੰਮੀ ਕਹਿੰਦੀ ਹੈ ਮੇਰੀ ਮੰਮੀ ਦਾ ਨਾਮ ਐਕਚੁਅਲੀ ਹਰਪ੍ਰੀਤ ਆ ਤੇ ਮੇਰੀ ਮੰਮੀ ਆਲਵੇਸ ਕਹਿੰਦੀ ਹੁੰਦੀ ਮੇਰਾ ਨਾਮ ਇੰਨਾ ਮਾਡਰਨ ਆ ਤੇ ਮੇਰੀ ਕੁੜੀ ਦਾ ਰੁਪਿੰਦਰ ਹੈ ਰੂਪੀ ਤੇ ਹੋਰ ਕੋਈ ਸੋਹਣਾ ਨਾਮ ਰੱਖ ਦਿੰਦੀ। ਤੇ ਪਰਨੀ ਜੀ ਉਹ ਨਾਮ ਉਹਨਾਂ ਨੇ ਰੱਖਿਆ। ਇਪਰ ਹੁਣ ਇਹ ਲੱਗਦਾ ਕਿ ਤੁਹਾਡਾ ਨਾਮ ਰੂਪੀ ਹੀ ਹੋ ਸਕਦਾ ਹੈ ਹੈਨਾ ਜੀ ਹੈਨਾ ਰੂਪੀ ਗਿਲ ਹਾਂਜੀ ਜੀ ਜੱਜਦਾਇਆ ਪੂਰਾ ਜੀ 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 ਜਿੱਦੋਂ ਤੁਸੀਂ ਇੱਥੋਂ ਉੱਥੇ ਗਏ ਸੀਗੇ ਤਾਂ ਉਹ ਤੁਹਾਡੇ ਲਈ ਕਿਉਂਕਿ ਆਏ ਤਾਂ ਤੁਸੀਂ ਉੱਥੇ ਸੀ ਪਰ 9 ਮਹੀਨਿਆਂ ਦੇ ਸੀਗੇ ਉੱਥੋਂ ਵਾਪਸ ਇੱਥੋਂ ਜਾ ਕੇ ਉਧਰ ਅਡਜਸਟ ਕਰਨਾ ਤੁਹਾਡੇ ਲਈ ਉਹ ਉਹ ਸਾਰੀ ਜਰਨੀ ਕਿਵੇਂ ਦੀ ਸੀਗੀ ਬਹੁਤ ਤੁਹਾਨੂੰ ਲੱਗਿਆ ਕਿ ਤੁਸੀਂ ਉੱਥੋਂ ਨੂੰ ਵੀ ਬਿਲੋਂਗ ਕਰਦੇ ਹੋ ਨਹੀਂ ਜੀ ਮੈਨੂੰ ਕਦੇ ਵੀ ਨਹੀਂ ਲੱਗਿਆ ਸੱਚੀ ਦੱਸਾਂ ਤਾਂ ਮੈਨੂੰ ਕਦੇ ਵੀ ਨਹੀਂ ਲੱਗਿਆ ਕਿ ਮੈਂ ਉੱਥੋਂ ਬਿਲੋਂਗ ਕਰਦੀ ਹਾਂ ਮੈਂ ਨਾ ਮੈਂ ਸਟੋਰੀ ਵੈਸੇ ਕਿਸੇ ਨੂੰ ਨਹੀਂ ਦੱਸੀ ਕਿ ਮੈਂ ਨਾ ਛੋਟੇ ਹੁੰਦੇ ਕਿਉਂਕਿ ਐਜ਼ ਅ ਜਵਾਬ ਤੁਸੀਂ ਇਦਾਂ ਇੱਥੋਂ ਚਲ ਜਾਣੇ ਇੱਕਦਮ ਜੇ ਤੁਹਾਨੂੰ ਸੈਪਰੇਸ਼ਨ ਤਾਂ ਹੁੰਦੀ ਹੋਈ ਆ ਦੇ ਦਾਦਾਦੀ ਤੋਂ ਤੇ ਬਹੁਤ ਟਾਈਮ ਮੇਰੇ ਮੰਮੀ ਮੰਮੀ ਪਾਪਾ ਕੋਸ਼ਿਸ਼ ਕਰ ਰਹੇ ਸੀ ਕਿ ਉਹਨਾਂ ਨੂੰ ਲੈ ਵੀ ਆਈ ਅਸੀਂ ਬਾਪ ਉਧਰ ਹਨਾ ਤੇ ਉਹ ਨਹੀਂ ਆਉਣਾ ਚਾਹੁੰਦੇ ਸੀ ਉਹ ਪੰਜਾਬ ਹੀ ਰਹਿਣਾ ਚਾਹੁੰਦੇ ਸੀਗੇ ਜਦੋਂ ਮੈਂ ਉੱਥੇ ਸੀਗੀ ਮੈਨੂੰ ਯਾਦ ਆ ਮੈਂ ਐਜ਼ ਅ ਜਵਾਕ ਇੰਨੀ ਲਨਲੀ ਸੀ ਇੰਨੀ ਇਕੱਲੀ ਰਹਿ ਗਈ ਸੀ ਕਿਉਂਕਿ ਮੇਰੇ ਬ੍ਰਦਰ ਦਾ ਹੈਗਾ ਆ ਵੱਡਾ ਬਟ ਉਹਦੇ ਨਾਲ ਉਹਨਾਂ ਕਨੈਕਸ਼ਨ ਉਸ ਟਾਈਮ ਨਹੀਂ ਸੀਗਾ ਕਿਉਂਕਿ ਤੁਸੀਂ ਜਿਹੜੇ ਪ੍ਰਾਇਮਰੀ ਤੁਹਾਡੇ ਸਾਲ ਸੀਗੇ ਉਹ ਤੁਸੀਂ ਉਹਨਾਂ ਦੇ ਨਾਲ ਉਹ ਦੁਨੀਆ ਸੀਗੇ ਜੀ 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 ਤੇ ਉਹਦੇ ਕਰਕੇ ਅਸੀਂ ਸਾਡੇ ਵਿੱਚ ਥੋੜੀ ਜੀ ਸੈਪਰੇਸ਼ਨ ਸੀਗੀ ਉਹ ਵੀ ਇੰਗਲਿਸ਼ ਬੋਲਦਾ ਹੁੰਦਾ ਸੀਗਾ ਮੈਂ ਪੰਜਾਬੀ ਬੋਲਦੀ ਸੀ ਤੇ ਕਾਰਟੂਨਸ ਉਹ ਦੇਖਦਾ ਸੀ ਮੈਂ ਕਦੇ ਕਾਰਟੂਨਸ ਦੇਖੇ ਹੀ ਨਹੀਂ ਸੀਗੇ ਸਾਡੇ ਘਰ ਤਾਂ ਇੱਥੇ ਟੀਵੀ ਨਹੀਂ ਸੀ ਅਸੀਂ ਉੱਦੀ ਵੇੜੇ 'ਚ ਖੇਡਦੇ ਰਹਿੰਦੇ ਸੀ ਤਾਂ ਉੱਥੇ ਵਿਹੜਾ ਵੀ ਨਹੀਂ ਸੀਗਾ ਉੱਥੇ ਤਾਂ ਕੈਨੇ ਪੁੱਛ ਮੈਂ ਸਭ ਤੋਂ ਪਹਿਲਾਂ ਮਨ ਯਾਦ ਆ ਮੈਂ ਜਾ ਕੇ ਪੁੱਛਿਆ ਕਿ ਤੁਹਾਡਾ ਵੇੜਾ ਕਿੱਥੇ ਆ ਅੱਛਾ ਤੇ ਉੱਥੇ ਵੇੜਾ ਵੀ ਸੀਗਾ ਤਾਂ ਉਸ ਕਰਕੇ ਮੈਂ ਨਾ ਆਪਦੇ ਰੂਮ ਦੇ ਵਿੱਚ ਕਾਫੀ ਔਖਾ ਜਸਟ ਹੋਇਆ ਉਦੋਂ ਮੈਨੂੰ ਯਾਦ ਆ ਮੈਂ ਰੂਮ 'ਚ ਜਾ ਕੇ ਨਾ ਨਕਲੀ ਫੈਮਿਲੀ ਬਣਾ ਲੈਂਦੀ ਹੁੰਦੀ ਸੀ ਸੋ ਐਜ਼ ਏਨ ਇਮੇਜਿਨੇਸ਼ਨ ਤੇ ਮੈਨੂੰ ਲੱਗਦਾ ਮੀਬੀ ਐਕਟਿੰਗ ਵੀ ਥੋੜੀ ਬਹੁਤੀ ਉੱਥੇ ਹੀ ਸਿੱਖੀ ਹੋਗੀ ਮੈਂ ਕਿਉਂਕਿ ਇਮੇਜਿਨੇਸ਼ਨ ਆਪਣੀ ਵਧੀਆ ਹੋਣੀ ਚਾਹੀਦੀ ਹੈ ਟੂ ਬੀ ਏਨ ਐਕਟਰ ਤੇ ਮੈਨੂੰ ਲੱਗਦਾ ਤੇ ਉੱਥੇ ਨਾ ਸੀ ਮੈਂ ਜਾ ਕੇ ਪਾਣੀ ਦਾ ਕੱਪ ਲੈ ਕੇ ਰੱਖ ਦੇਣਾ ਤੇ ਮੈਂ ਕਹਿੰਨਾ ਓਕੇ ਆ ਦਾਦਾ ਜੀ ਨੂੰ ਮੈਂ ਪਾਪੂ ਕਹਿੰਦੀ ਹੁੰਦੀ ਸੀ ਮੈਂ ਕਹਿੰਨਾ ਤੁਸੀਂ ਕੀ ਪੀਣਾ ਹੁਣ ਪਾਣੀ ਲਿਆਈ ਮੈਂ ਤੁਸੀਂ ਫਟਾਫਟ ਪੀ ਲਓ ਮੈਂ ਚਾਹ ਲੈ ਕੇ ਆਉਂਗੀ ਫਿਰ ਤੁਹਾਡੇ ਲਈ ਅੱਛਾ ਤੁਸੀਂ ਕੀ ਕਰਨਾ ਅੱਛਾ ਤੁਸੀਂ ਇਹਨਾਂ ਮਤਲਬ ਨਕਸਾਰੇ ਮਤਲਬ ਮੇਰੇ ਕਜ਼ਿਨਸ ਨੂੰ ਸਾਰਿਆਂ ਨੂੰ ਮੈਂ ਆਪ ਦਾ ਮਨ ਲਗਾਉਣ ਨੂੰ ਵੀ ਮੈਂ ਜੀ ਲੱਗਿਆ ਰਵੇ ਤਾਂ ਮੈਂ ਉਹਨਾਂ ਨੂੰ ਐਦਾ ਪ੍ਰੋਪਰ ਨਕਲੀ ਫੈਮਿਲੀ ਬਣਾ ਕੇ ਆਪ ਦਾ ਜੀ ਲਵਾਇਆ ਉੱਥੇ ਥੋੜੇ ਸਾਲ ਤੇ ਮੰਮੀ ਡੈਡ ਨੂੰ ਵੀ ਨਹੀਂ ਦੱਸਿਆ ਕਿ ਮੈਨੂੰ ਕੱਲਾ ਫੀਲ ਹੁੰਦਾ ਕਿਉਂਕਿ ਉਹਨਾਂ ਨਾਲ ਵੀ ਹਜੇ ਥੋੜਾ ਕਨੈਕਸ਼ਨ ਨਹੀਂ ਬਣਿਆ ਸੀਗਾ ਸੋ ਸਟਾਰਟ ਦੇ ਵਿੱਚ ਬਹੁਤ ਔਖਾ ਰਿਹਾ ਸੀ ਮੈਨੂੰ ਯਾਦ ਹੈ ਛੋਟੇ ਹੁੰਦੇ ਬਟ ਉਹ ਤੋਂ ਬਾਅਦ ਫਿਰ ਮੈਂ ਜਲਦੀ ਦੋਸਤ ਬਣਾ ਲੈਣੀ ਹੈ ਫਿਰ ਦੋਸਤੀਸ ਬਣਾ ਲਏ ਤੁਹਾਨੂੰ ਵਾਪਸ ਲੈ ਕੇ ਜਾਣ ਦਾ ਫੈਸਲਾ ਕੀਤਾ ਸੀਗਾ ਮੇਰੀ ਮੰਮਾ ਦਾ ਬਿਕਾ ਉਸਨਾਂ ਨੂੰ ਇਹ ਸੀਗਾ ਕਿ ਹੁਣ ਸਕੂਲ ਸਟਾਰਟ ਹੋ ਜਾਣਾ ਆ ਵੀ ਅਸੀਂ ਪੜ੍ਹਾਈ ਇੱਥੇ ਫਿਰ ਸ਼ੁਰੂ ਕੀਤੀ ਵੈਸੇ ਇੱਥੇ ਮੈਂ ਇੱਕ ਦੋ ਸਾਲ ਐਲ ਕੇ ਜੀ ਨਾ ਐਲ ਕੇ ਜੀ ਉਦੋਂ ਹਾਂ ਐਲ ਕੇ ਜੀ ਇੱਥੇ ਪੜ੍ਹੀਆਂ ਤੇ ਉਹ ਤਾਂ ਵੈਸੇ ਮੈਂ ਉੱਥੇ ਕੁਝ ਕਿਦਾ ਕੋਟੀ ਖਾ ਕੇ ਆਈ ਸੀ ਬਹੁਤ ਸ਼ਰਾਰਤੀ ਸੀ ਮੈਂ ਬਹੁਤ ਜ਼ਿਆਦਾ ਤੇ ਫਿਰ ਉਹ ਤੋਂ ਬਾਅਦ ਫਿਰ ਮੇਰੀ ਮਮਾ ਆ ਕੇ ਮੈਨੂੰ ਲੈ ਗਏ ਸੀਗਾ ਮੈਨੂੰ ਇਹ ਬਿਲਕੁਲ ਤੁਹਾਡਾ ਕੈਰੈਕਟਰ ਲੱਗ ਰਿਹਾ ਡੀਅਰ ਜ਼ਿੰਦਗੀ ਦਾ ਆਲਿਆਪਟ ਦਾ ਜਿਹੜਾ ਕੈਰੈਕਟਰ ਉਹ ਕਹਿੰਦੀ ਫਾਈਨਲੀ ਜਦੋਂ ਮੈਂ ਨਾਨੇ ਨਾਨੀ ਕੋਲੇ ਖੁਸ਼ ਸੀ ਤੁਸੀਂ ਮੈਨੂੰ ਉੱਥੋਂ ਲੈ ਆਏ ਸੀ ਮੈਂ ਦੇਖਿਆ ਜੀ ਉਹ ਤੇ ਮੈਂ ਬੜਾ ਰਿਲੇਟ ਕੀਤਾ ਜਦੋਂ ਕਹਿੰਦੀ ਜਦੋਂ ਮੈਂ ਇੱਕ ਵਾਰੀ ਤੁਸੀਂ ਮੈਨੂੰ ਪੇਸ਼ਤਾ ਫੇਰ ਮੈਨੂੰ ਯਾਦ ਆ ਮੈਨੂੰ ਯਾਦ ਆ ਯੈਸ ਹੈ ਨਾ ਉਹ ਵੀ ਲੱਗਦਾ ਹੈ ਕਿ ਕਿਤਨੂ ਕਿਤੂ ਤਾਂ ਸਿਨੇਮਾ ਇਨਸਪਾਇਰਡ ਹੁੰਦਾ ਹੈ ਹਾਂਜੀ ਬਿਲਕੁਲ ਤੁਹਾਡੀ ਕਹਾਣੀ ਤੇ ਉਹਦੀ ਮੇਰੀ ਇੱਕ ਫਰੈਂਡ ਵੀ ਹੈ ਉਹਦੀ ਕਹਾਣੀ ਵੀ ਇਦਾਂ ਸੇਮ ਹੀ ਸੀਗੀ ਅੱਛਾ ਜਦੋਂ ਉਹਦੇ ਮਮਾ ਡੈਡੀ ਆਏ ਇੱਥੇ ਤਾਂ ਉਹਨਾਂ ਨੇ ਦੇਖਿਆ ਵੀ ਸਾਡੀ ਕੁੜੀ ਬਹੁਤ ਮਤਲਬ ਜਵਾਨ ਹੋਗੀ ਕਿਉਂਕਿ ਉਹਨਾਂ ਨੇ ਛੇਤੀ ਡੇੜਾ ਵੀ ਨਹੀਂ ਸਿਲਾਇਆ ਤੇ ਉਹ ਕਹਿੰਦੇ ਕਿ ਇਹ ਤਾਂ ਆਪਣੇ ਨਾਲ ਪਿਆਰ ਹੀ ਨਹੀਂ ਹੈਗਾ ਫੋਨ ਤੇ ਤੁਸੀਂ ਗੱਲ ਕਰਦੇ ਹੋ ਤੁਸੀਂ ਉਹ ਕਨੈਕਸ਼ਨ ਫੀਲ ਨਹੀਂ ਕਰਦੇ ਹੈਗੇ ਹਨਾ ਉਦੋਂ ਵੀਡੀਓ ਕਾਲਸ ਵਗੈਰਾ ਇਹ ਨਹੀਂ ਸੀ ਗਿਆ ਹਾਂਜੀ ਹਾਂਜੀ ਤੇ ਜਦੋਂ ਉਹ ਮਤਲਬ ਉਹਨੂੰ ਲੱਗੇ ਕਿਵੇਂ ਨਾ ਕਿਵੇਂ ਕਰਕੇ ਤੇ ਉਹਨੂੰ ਬਾਹਰ ਲੱਗੇ ਤੇ ਉਸ ਤੋਂ ਬਾਅਦ ਜਦੋਂ ਸਾਡੇ ਨਾਲ ਗੱਲ ਕਰਦੀ ਸੀਗੀ ਤਾਂ ਅਸੀਂ ਉਹਨਾਂ ਨੂੰ ਪੁੱਛਣਾ ਵੀ ਹੋਰ ਕਿਵੇਂ ਸਾਰੀ ਕੀ ਗੱਲ ਆ ਉਹ ਪਾਕਿਸਤਾਨੀ ਟੀਵੀ ਦੇਖਦੇ ਨੇ ਸੀ ਕਹਿੰਨਾ ਵੀ ਤੂੰ ਤੂੰ ਵੀ ਟੀਵੀ ਦੇਖ ਲਓ ਅਗਲੇਆਂ ਦਾ ਘਰ ਉਹ ਦੇਖਦੇ ਨੇਗੀ ਮਤਲਬ ਉਹ ਉਹਨੂੰ ਇੰਨਾ ਵੱਡਾ ਤੱਕਾ ਸੀਗਾ ਕਿਉਂਕਿ ਉਹਨੂੰ ਇਹ ਲੱਗਦਾ ਸੀਗਾ ਕਿ ਮੈਂ ਇੰਨਾ ਇਸ ਫੈਮਿਲੀ ਦਾ ਹਿੱਸਾ ਨਹੀਂ ਆ ਕਿਉਂਕਿ ਉਹ ਬਹੁਤ ਜ਼ਿਆਦਾ ਟਾਈਮ ਆਪਣੀਆਂ ਮਾਸਟੀਆਂ ਦੇ ਵਿੱਚ ਰਹੀ ਸੀਗੀ ਜੀ ਜੀ ਮੈਨੂੰ ਲੱਗਦਾ ਹੈ ਕਿ ਸੱਚੀ ਉਹ ਮੂਵੀਸ ਕਿਤੋਂ ਤਾਂ ਇਨਸਪਾਇਰਡ ਹੈਗੀ 100% ਜੀ 100% ਮੈਂ ਹੁਣ ਵੀ ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਕਿੰਨੇ ਚਿਰ ਬਾਅਦ ਇਹ ਚੀਜ਼ਾਂ ਬਾਰੇ ਗੱਲ ਕਰ ਰਹੀ ਹੈ ਤਾਂ ਥੋੜਾ ਜਿਹਾ ਮੈਨੂੰ ਹੁਣ ਵੀ ਯਾਦ ਆ ਬਹੁਤ ਹਾਰਡ ਹੁੰਦਾ ਹੈ ਅਡਜਸਟ ਕਰਨਾ ਬਹੁਤ ਜ਼ਿਆਦਾ ਉਹ ਸੇਮ ਕਨੈਕਸ਼ਨ ਬਿਲਡ ਕਰਨਾ ਜਿੰਨਾ ਮਰਜ਼ੀ ਆਈ ਥਿੰਕ ਤੁਹਾਡੇ ਪੇਰੈਂਟਸ ਤੁਹਾਨੂੰ ਕ साल बाद मैं बहुत मतलब एडजस्टेबल अज, मैं इथे वाला मैं आपा बेस्ट फ्रेंड्स बन जागी तो ते आपा ਨਾਲ ਬਣ ਗਈ ਆਪਣੀ ਵਧੀਆ ਵੀ ਬਣ ਗਈ ਬਟ ਮੈਂ ਸੀਰੀਅਸਲੀ ਮਤਲਬ ਮੈਂ ਬਹੁਤ ਜਿੱਥੇ ਤੁਸੀਂ ਮੈਨੂੰ ਭੇਜ ਦਿਓ ਮੈਂ ਅਡਜਸਟ ਕਰ ਲਵਾਂਗੀ ਇਹਨੂੰ ਲਾਟਿਓ ਹੈ ਨਾ ਉਸ ਤੋਂ ਬਾਅਦ ਦੀ ਜਰਨੀ ਜਿਵੇਂ ਤੁਹਾਡੇ ਟੀਵੀ ਤੇ ਆਉਣ ਤੋਂ ਪਹਿਲਾਂ ਦਾ ਪਹਿਲਾਂ ਦੀ ਜੋ ਰੂਪੀ ਗੱਲ ਸੀਗੀ ਉਹ ਕੀ ਸੀਗੀ ਤੁਸੀਂ ਤੁਸੀਂ ਪੁਲਿਸ ਆਫੀਸਰ ਬਣਨਾ ਚਾਹੁੰਦੇ ਸੀਗੇ ਹੈਨਾ ਤਾਂ ਇੱਥੋਂ ਤੋਂ ਉੱਥੇ ਜਾ ਕੇ ਐਂਡ ਟੀਵੀ ਤੇ ਆਉਣ ਤੋਂ ਪਹਿਲਾਂ ਦੀ ਜਿਹੜੀ ਇਹ ਵਿਚਾਲੀ ਤੁਹਾਡੀ ਜਰਨੀ ਸੀਗੀ ਉਹ ਕੀ ਸੀਗੀ ਉਹ ਮੈਂ ਵੈਸੇ ਇੰਨੀ ਜ਼ਿਆਦਾ ਉਹ ਨਹੀਂ ਮੈਂ ਥੋੜੇ ਜਿਹਾ ਮਤਲਬ ਇੰਨਾ ਕੁੜੀਆਂ ਵਾਂਗੂ ਤਾਂ ਨਹੀਂ ਸੀ ਮੈਨੂੰ ਇੰਨਾ ਤਿਆਰ ਹੋਣ ਦਾ ਬਿਲਕੁਲ ਸ਼ੌਂਕ ਨਹੀਂ ਹੈਗਾ ਹਜੇ ਵੀ ਨਹੀਂ ਮੈਨੂੰ ਸ਼ੌਂਕ ਹੈਗਾ ਤਾਂ ਮੈਂ ਥੋੜੇ ਜਿਹਾ ਮਤਲਬ ਮੁੰਡਿਆਂ ਵਾਂਗੂ ਹੀ ਆ ਮੇਰੇ ਘਰੇ ਵੀ ਮੈਂ ਮੁੰਡਿਆਂ ਵਾਂਗੂ ਹੀ ਬੋਲਦੀ ਆ ਮਤਲਬ ਮੈਂ ਆ ਗਿਆ ਮੈਂ ਚਲੇ ਗਿਆ ਮੈਂ ਕਰਦਾ ਮੈਂ ਉਹਨਾਂ ਇਦਾਂ ਹੀ ਮੈਂ ਸ਼ੁਰੂ ਤੋਂ ਹੀ ਬੋਲਿਆ ਆ ਤੇ ਮੈਨੂੰ ਲੱਗਦਾ ਮੈਂ ਥੋੜਾ ਮੈਂ ਰੌਣਕੀ ਤਾਂ ਹੈ ਹੀ ਪਰ ਮੈਨੂੰ ਲੱਗਦਾ ਮੈਂ ਐਨ ਜਿਹਦਾ ਟੌਮ ਬੋਏ ਨਹੀਂ ਹੁੰਦੇ ਐਗਜ਼ੈਕਟਲੀ ਇਦਾਂ ਹੀ ਸੀ ਤੇ ਮੈਂ ਪੁਲਿਸ ਆਫਸਰ ਵੀ ਇਸ ਕਰਕੇ ਬਣਨਾ ਸੀ ਕਿ ਮੇਰੇ ਡੈਡੀ ਕਹਿੰਦੇ ਸੀਗੇ ਕਿ ਇੱਥੇ ਪੁਲਿਸ ਆਫਸਰ ਕੁੜੀਆਂ ਘੱਟ ਆ ਉਦੋਂ ਬਹੁਤ ਥੋੜੀਆਂ ਸੀ ਸਾਡੇ ਉੱਥੇ ਸਰੀਚ ਤੇ ਤੇ ਤੂੰ ਰੂਪੇ ਬਣ ਜਾ ਮੈਂ ਠੀਕ ਆ ਮਤਲਬ ਮੈਨੂੰ ਮੇਰੇ ਡੈਡੀ ਨੇ ਬੜੀ ਬਣਦੀ ਆ ਤੇ ਇਸ ਕਰਕੇ ਮੈਨੂੰ ਸੀਗਾ ਕਿ ਓਕੇ ਠੀਕ ਆ ਉਹਨਾਂ ਦੀ ਖੁਸ਼ੀ ਕਰਕੇ ਬਣ ਜਾਂਦੇ ਆ ਹੂੰ ਜੀ ਤੇ ਉਦੋਂ ਤੱਕ ਤੁਸੀਂ ਪੜਦੇ ਰਹੇ ਉਦੋਂ ਕਿਹੜਾ ਜੀ 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 ਫਿਰ ਟੀਵੀ ਚ ਤੁਸੀਂ ਕਦੋਂ ਤੱਕ ਕਿਵੇਂ ਆਏ ਹੋ ਤੇ ਫਰਸਟ ਐਕਸਪੀਰੀਅੰਸ ਤੁਹਾਡਾ ਕੀ ਸੀਗਾ ਕੈਮਰੇ ਦਾ ਮੇਰਾ ਫਰਸਟ ਐਕਸਪੀਰੀਅੰਸ ਇਹ ਆ ਜਦੋਂ ਮੈਂ ਸੋਖ ਸਿੰਘੜਾ ਜੀ ਨਾਲ ਮਿਊਜ਼ਿਕ ਵੀਡੀਓਜ਼ ਕਰਨੀਆਂ ਸ਼ੁਰੂ ਕੀਤੀਆਂ ਤੇ ਉਦੋਂ ਮੈਨੂੰ ਸੀਗਾ ਕਿ ਮੈਂ ਨਾ ਕਿਉਂਕਿ ਉਹ ਸਰੀ ਦੇ ਵਿੱਚ ਹੀ ਸ਼ੂਟ ਕਰਦੇ ਹੁੰਦੇ ਸੀਗੇ ਤਾਂ ਮੈਨੂੰ ਸੀਗਾ ਮੈਂ ਸੁਣਿਆ ਵੀ ਸੀ ਉਹਨਾਂ ਬਾਰੇ ਤਾਂ ਮੈਨੂੰ ਸੀਗਾ ਮੈਂ ਇੱਕ ਦੋ ਵੀਡੀਓ ਕਰ ਲਵਾਂ ਫਿਰ ਉਹਦੇ ਜਵਾਕਾਂ ਨੂੰ ਦਿਖਾਉਂ ਵੱਡੇ ਹੋ ਕੇ ਕਹਾ ਲੇਕੋ ਮੈਂ ਵੀ ਇੱਕ ਵੀਡੀਓ ਕੀਤੀ ਹੋਈ ਆ ਤੇ ਉਹ ਉਸ ਕਰਕੇ ਮੈਂ ਮਤਲਬ ਉਹਨਾਂ ਨੂੰ ਮਤ ਉਹਨਾਂ ਨਾਲ ਕੰਟੈਕਟ ਹੋਇਆ ਫਿਰ ਉਹਨਾਂ ਨੂੰ ਵੀ ਉਦੋਂ ਮੈਨੂੰ ਯਾਦ ਆ ਕੁੜੀ ਚਾਹੀਦੀ ਸੀ ਉਹਨਾਂ ਨੇ ਮੈਨੂੰ ਆ ਤੂੰ ਥੋੜਾ ਮੈਂ ਕਿਉਂਕਿ ਮੈਂ ਖਾਂਦੇ ਪੀਂਦੇ ਕਰਦੇ ਸੀ ਤਾਂ ਉਹਨਾਂ ਨੇ ਮੈਂ ਕਿਹਾ ਕਿ ਥੋੜਾ ਜਿਹਾ ਭਾਰ ਘਟਾ ਲਾ ਹੋ ਜੇ ਵੀ ਨਹੀਂ ਘਟਿਆ ਪਰ ਉਹ ਮੈਨੂੰ ਯਾਦ ਹੈ ਤੇ ਉਹਨੇ ਅਸੀਂ ਪਹਿਲੇ ਨਹੀਂ ਕਹਿ ਸਕਦੇ ਹੁਣ ਥੋੜਾ ਜਿਹਾ ਘਟਿਆ ਪਰ ਹੁਣ ਮੈਂ ਬਤਾ ਲਿਆ ਫੇ ਕਿਉਂਕਿ ਮੈਨੂੰ ਇੰਨਾ ਜ਼ਿਆਦਾ ਮੈਨੂੰ ਮੈਨੂੰ ਲੱਗਿਆ ਮੈਂ ਬਹੁਤ ਜ਼ਿਆਦਾ ਘਟਾ ਲਿਆ ਕੋਵਿਡ ਦੇ ਵਿੱਚ ਤਾਂ ਮੈਂ ਜਿਉਂ ਜਿਮ ਸ਼ੁਰੂ ਕੀਤੀ ਨਾ ਤੇ ਉਦਾਂ ਵੀ ਵੈਸੇ ਤੁਸੀਂ ਦੇਖਿਓ ਕੈਮਰੇ ਤੇ ਐਡਾ ਵਡਾਣਾ ਜੇ ਰੀਅਲ ਲਾਈਫ 'ਚ ਵੀ ਛੋਟਾ ਮਤਲਬ ਪਤਲੀ ਹੈ ਨਾ ਕੈਮਰੇ ਪਤਾ ਨਹੀਂ ਕਿਉਂ 10 ਪਾਉਂਡ ਐਡ ਹੋ ਜਾਂਦਾ ਹਾਂ ਪਤਾ ਨਹੀਂ ਕਿਉਂ ਸਾਡਾ weight ਜ਼ਿਆਦਾ ਮੈਨੂੰ ਇਹ ਲੱਗਦਾ ਉਹਨੇ ਦੇਖ ਕੇ ਵੀ ਕੋਈ ਇੰਨਾ ਪਤਲਾ ਕਿਵੇਂ ਹੋ ਸਕਦਾ ਹੈ ਨਾ ਸਹੀ ਗੱਲ ਹੈ ਤੇ ਫਿਰ ਉਦੋਂ ਮਤਲਬ ਮੈਂ ਇੱਕ ਵੀਜ਼ਿਕ ਵੀਡੀਓ ਕੀਤੀ ਸੀ ਉਹਨਾਂ ਨਾਲ ਕਰਨ ਔਜਲਾ ਨਾਲ ਤੇ ਉਹ ਤੋਂ ਬਾਅਦ ਫਿਰ ਅਸੀਂ ਡਾਇਮੰਡ ਕੀਤਾ ਤੇ ਫਿਰ ਉਹ ਤੋਂ ਬਾਅਦ ਜਿਹੜਾ ਕਿ ਹਿਊਜ ਹਿੱਟ ਸੀ ਹਾਂਜੀ ਜੀ ਗੁਨਾਮ ਦੇ ਕਰੀਅਰ ਦੇ ਲਈ ਵੀ ਹਾਂਜੀ ਐਂਡ ਆਈ ਗੈਸ ਤੁਹਾਡੇ ਲਈ ਵੀ ਹਾਂਜੀ ਹੈਨਾ ਉਸ ਤੋਂ ਬਾਅਦ ਕਿਉਂਕਿ ਗਾਣੇ ਨੂੰ ਏਡੀ ਵੱਡੀ ਹਿੱਟ ਮਿਲੀ ਸੀਗੀ ਤਾਂ ਉਹ ਜਿੰਨੇ ਚਿਹਰੇ ਉਸ ਗਾਣੇ ਦੇ ਵਿੱਚ ਸੀਗੇ ਤਾਂ ਉਹਨਾਂ ਨੂੰ ਵੀ ਉਨੀ ਵੱਡੀ ਪਛਾਣ ਮਿਲੀ ਜੀ ਹੈਨਾ ਐਂਡ ਉਸ ਤੋਂ ਬਾਅਦ ਫਿਲਮਾਂ ਦਾ ਸਫ਼ਰ ਫੇਰ ਸ਼ੁਰੂ ਹੁੰਦਾ ਹਾਂਜੀ ਪਰ ਪਹਿਲਾ ਕੈਮਰਾ ਐਕਸਪੀਰੀਅੰਸ ਕਿਵੇਂ ਦਾ ਸੀਗਾ ਪਹਿਲਾ ਕੈਮਰਾ ਐਕਸਪੀਰੀਅੰਸ ਮੈਨੂੰ ਯਾਦ ਹੈ ਮੈਂ ਮੈਂ ਬਹੁਤ ਨਰਵਸ ਸੀ ਕਿ ਅਸੀਂ ਸ਼ੂਟ ਕਰਨਾ ਸੀਗਾ ਤੇ ਸੁਖ ਨੇ ਮੈਨੂੰ ਕਿਹਾ ਸੀ ਕਿ ਕਿ ਉਹ ਥੋੜੇ ਜਿ ਸਟ੍ਰਿਕਟ ਨੇ ਤਾਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਆਹ ਸੀਨ ਆ ਤੇ ਇਦਾਂ ਤੂੰ ਅੰਦਰ ਐਂਟਰ ਕਰਨਾ ਤੇ ਮੇਰਾ ਟਾਈਮ ਨਹੀਂ ਵੇਸਟ ਕਰਨਾ ਫਟਾਫਟ ਕਰਕੇ ਕਰਦੀ ਤੇ ਮੈਂ ਸਿਰਫ ਉਸ ਡਰ ਕਰਕੇ ਹੀ ਸ਼ੂਟ ਕੀਤਾ ਮੈਨੂੰ ਕੋਈ ਨਹੀਂ ਸੀ ਕਿ ਕੈਮਰਾ ਆਨ ਹੈ ਆ ਵੀ ਮੇਰਾ ਪਹਿਲਾ ਐਕਸਪੀਰੀਅੰਸ ਆ ਮੈਨੂੰ ਅੱਜ ਮੇਰਾ ਪਹਿਲਾ ਦਿਨ ਐ ਇਦਾਂ ਮੈਨੂੰ ਬਿਲਕੁਲ ਮੇਰੇ ਦਿਮਾਗ 'ਚ ਹੈ ਯੂ ਨਹੀਂ ਸੀ ਇਹ ਗੱਲ ਮੈਨੂੰ ਇਹ ਸੀ ਕਿ ਉਹ ਉਧਰ ਨਾ ਗਾਲਾਂ ਪੈ ਜਾਣ ਮੈਂ ਚੁੱਪ ਕਰਕੇ ਕਰਦਾ ਤੇ ਉਹ ਵਧੀਆ ਗਿਆ ਹੂੰ ਜੀ ਐਨ ਉਸ ਤੋਂ ਬਾਅਦ ਫਿਲਮਾਂ 'ਚ ਐਂਟਰੀ ਜਦੋਂ ਅਸ਼ਕੇ ਜੀ ਆਉਂਦੀ ਆ ਜੀ ਤਾਂ ਉਹ ਉਹ ਫਿਲਮ ਤੁਹਾਡੇ ਕੋਲ ਕਿਵੇਂ ਪਹੁੰਚੀ ਐਂਡ ਉਸ ਤੋਂ ਬਾਅਦ ਜਿਹੜੇ ਤੁਹਾਡੇ ਡਾਇਲੌਗ ਸੀਗੇ ਜਾਂ ਤੁਹਾਡੀ ਫਰਸਟ ਅਪੀਅਰੈਂਸ ਸੀਗੀ ਫਿਲਮ ਦੀ ਤਾਂ ਉਹ ਸਾਰੀ ਫਿਲਮ ਇੱਕ ਪਾਸੇ ਸੀਗੀ ਤਾਂ ਤੁਹਾਡਾ ਇੱਕ ਕੈਰੈਕਟਰ ਅਤੇ ਇੱਕ ਡਾਇਲੋਗ ਚਰਚਾ ਦਾ ਵਿਸ਼ਾ ਇੱਕ ਪਾਸੇ ਸੀਗਾ ਜੀ ਜੀ ਨਹੀਂ ਕੀ ਜੀ ਉਹ ਅਸੀਂ ਉਹ ਸੇਮ ਸੋਖਣੀ ਆਈ ਥਿੰਕ ਉਹ ਸ਼ੂਟ ਕਰ ਰਹੀ ਸੀ ਉਸ ਟਾਈਮ ਤੇ ਤੇ ਉਹਨਾਂ ਨੂੰ ਨਾ ਉਹ ਸੈਕਿੰਡ ਕੁੜੀ ਨਹੀਂ ਮਿਲ ਰਹੀ ਸੀ ਲੀਡ ਤੇ ਮੈਂ ਉਹ ਉਦੋਂ ਮੈਂ ਆਈ ਥਿੰਕ ਉਹਨਾਂ ਦੇ ਸੈੱਟ ਤੇ ਹੈਲਪ ਕਰ ਰਹੀ ਸੀ ਕਾਸਟੂਮਸ ਦੇ ਵਿੱਚ ਤੇ ਕਾਸਟੂਮਸ ਦੇ ਵਿੱਚ ਹੈਲਪ ਕਰ ਰਹੀ ਸੀ ਤੇ ਉਹਨਾਂ ਨੇ ਨਾ ਕਿਹਾ ਕਿ ਫਾਈਨਲੀ ਥਾ ਕਰਕੇ ਕਿ ਕੁੜੀ ਮਿਲ ਨਹੀਂ ਰਹੀ ਹੈਗੀ ਆਪਾਂ ਕੁੜੀ ਦਾ ਰੋਲ ਕੱਢ ਹੀ ਦਿੰਨੇ ਆ ਫਿਰ ਇਹਦੇ ਵਿੱਚੋਂ ਤੇ ਸੋ ਕਹਿੰਦਾ ਇੱਕ ਵਾਰੀ ਰੂਪੀ ਤੋਂ ਕਰਕੇ ਦਾ ਦਿਖਾ ਮੈਂ ਮੈਨੂੰ ਨਹੀਂ ਆਉਂਦਾ ਕਿ ਵੀ ਮੈਂ ਤਾਂ ਸਿਰਫ 뮤직 ਵੀਡੀਓਜ਼ ਕੀਤੀ ਸੀ ਡਾਇਲੌਗ ਬੋਲਣਾ ਬਹੁਤ ਡਿਫਰੈਂਟ ਗੱਲ ਆ ਤੇ ਮੈਂ ਕਿਹਾ ਮੈਂ ਇੱਕ ਵਾਰੀ ਕੋਸ਼ਿਸ਼ ਕਰ ਲੈਣੀ ਆ ਬਟ ਮੈਨੂੰ ਨਹੀਂ ਹੋਣਾ ਤੇ ਉਹ ਮੈਂ ਟਰਾਈ ਕੀਤੀ ਤੇ ਅਮਰਿੰਦਰ ਸਰ ਕਹਿੰਦੇ ਓਕੇ ਠੀਕ ਆ ਆਪਾਂ ਟਰਾਈ ਕਰ ਲਨੇ ਆ ਕੱਲ ਤੋਂ ਤੇ ਇੱਕ ਡਾਇਲੌਗ ਉਹਨਾਂ ਦਾ ਮੈਂ ਬੋਲਿਆ ਸੀ ਮੈਂ ਪਲੱਸ ਉਹ ਡਾਇਲੌਗ ਨਾਲ ਕਾਫੀ ਕੁੜੀਆਂ ਜਦੋਂ ਆਉਂਦੀਆਂ ਸੀ ਆਡਿਸ਼ਨ ਕਰਨ ਉਹ ਪ੍ਰਧਾਨ ਵਾਲਾ ਤਾਂ ਨਹੀਂ ਸੀਗਾ ਉਹ ਤਾਂ ਬਾਅਦ ਚੋਂ ਬਣਿਆ ਇੱਕ ਹੋਰ ਸੀਗਾ ਸੀਨ ਤੇ ਉਹ ਮੈਂ ਕਾਫੀ ਕੁੜੀਆਂ ਨੂੰ ਦੇਖ ਲਿਆ ਸੀਗਾ ਪਹਿਲਾਂ ਕਰਦੇ ਅੱਛਾ ਤੇ ਉਹ ਮੈਨੂੰ ਆਉਂਦਾ ਸੀਗਾ ਥੋੜਾ ਜਿਦਾ ਆਪਣੀ ਤਰੀਕੇ ਨਾਲ ਬੰਦਾ ਇੱਕ ਚੀਜ਼ ਸੁਣੀ ਜਾਂਦਾ ਸੁਣੀ ਜਾਂਦਾ ਫਿਰ ਮੈਂ ਕਿਹਾ ਓਕੇ ਯਾਦ ਯਾਦ ਵੀ ਨਹੀਂ ਕਰਨੀ ਲੋੜ ਸੀ ਮੈਨੂੰ ਪਤਾ ਸੀਗਾ ਤੇ ਮੈਂ ਉਹ ਕੀਤਾ ਤੇ ਫਿਰ ਅਮਿੰਦਰ ਸਰ ਕਹਿੰਦੇ ਓਕੇ ਆਪਾਂ ਟਰਾਈ ਕਰ ਲੈਂਦੇ ਆ ਫਿਰ ਬਾਅਦ ਵਿੱਚ ਉਹਨਾਂ ਨੇ ਆਈ ਥਿੰਕ ਅੰਬਰਪਾ ਜੀ ਨੇ ਤੇ ਤੀਰਜਤਨ ਜੀ ਨੇ ਉਹਨਾਂ ਹੀ ਮੈਨੂੰ ਜਦੋਂ ਅਸੀਂ ਉਹ ਫ ਹੁੰਦੇ ਸੀ ਮੈਨੂੰ ਤੇ ਉਹਨਾਂ ਨੇ ਫਿਰ ਮੈਨੂੰ ਦੱਸਿਆ ਕਿ ਹੁਣ ਇੱਥੇ ਨਾ ਇਹ ਸੀਨ ਦੇ ਵਿੱਚ ਤੂੰ ਬੋਲਣਾ ਆ ਪ੍ਰਧਾਨ ਇਲਾਕਾ ਕਿਹੜਾ ਵਹੇ ਆਪਣਾ ਤੇ ਉਹ ਫਿਰ ਮੈਂ ਕਿਹਾ ਅੱਛਾ ਮੈਂ ਕਿਹਾ ਠੀਕ ਆ ਫਿਰ ਉਹ ਬੋਲਿਆ ਤੇ ਉਹ ਕੁਦਰਤੀ ਲੋਕਾਂ ਯੈਸ ਆਡੀਅנס ਨੂੰ ਪਸੰਦ ਆਇਆ ਜਿਦੋਂ ਤੁਹਾਡੀ ਮਾਨ ਦਾ ਲੱਡਲਾ ਫਿਲਮ ਹੋਣੀ ਸੀਗੀ ਤਾਂ ਉਦੋਂ ਆਫਟਰ ਟ੍ਰੇਲਰ ਰਿਲੀਜ਼ ਤੋਂ ਬਾਅਦ ਜੀ ਉਹ ਉਦੇਪ੍ਰਤਾਪ ਉਹਨਾਂ ਦੇ ਨਾਲ ਮੇਰੀ ਗੱਲ ਹੋਈ ਤਾਂ ਉਹ ਕਹਿੰਦੇ ਤੁਹਾਨੂੰ ਟ੍ਰੇਲਰ ਕਿਦਾਂ ਲੱਗਿਆ ਮੈਂ ਕਿਹਾ ਮੈਨੂੰ ਟ੍ਰੇਲਰ ਬਹੁਤ ਸੋਹਣਾ ਲੱਗਿਆ ਪਰ ਮੈਨੂੰ ਤਾਂ ਕਰਕੇ ਵੀ ਸੋਹਣਾ ਲੱਗਿਆ ਕਿਉਂਕਿ ਉਹ ਚ ਰੂਪੀ ਆ ਤੁਸੀਂ ਕਮੈਂਟ ਵੀ ਕੀਤਾ ਸੀ ਮੈਨੂੰ ਯਾਦ ਆ ਜੀ ਹਾਂਜੀ ਮੈਨੂੰ ਕਿਤੇ ਕਮੈਂਟ ਵੀ ਕੀਤਾ ਸੀ ਉਦੋਂ ਜੋ ਟ੍ਰੇਲਰ ਆਇਆ ਸੀਗਾ ਹਾਂਜੀ ਉਹ ਫਿਰ ਉਹਨਾਂ ਨੇ ਉਦੇ ਉਹਨਾਂ ਨੇ ਤੁਹਾਡੀ ਕਾਫੀ ਤੁਹਾਨੂੰ ਐਪਰੀਸ਼ੀਏਟ ਕੀਤਾ ਕਹਿੰਦੇ ਕਿ ਰੂਪੀ ਦੇ ਇੱਕ ਆਪਣਾ ਡਿਫਰੈਂਟ ਚੈਮ ਆ ਕਿ ਜਦੋਂ ਫਰੇਮ ਤੇ ਆਉਂਦੀ ਆ ਤਾਂ ਫਰੇਮ ਦੀ ਵਾਈਬ ਚੇਂਜ ਹੋ ਜਾਂਦੀ ਆ ਤੇ ਪਰ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਤੁਹਾਡੇ ਨਾਲ ਕਨੈਕਟ ਕਰਨ ਦਾ ਰੀਜ਼ਨ ਆ ਉਹ ਇਹ ਹੈ ਕਿ ਜਦੋਂ ਤੁਹਾਨੂੰ ਕੋਈ ਆਪਣੇ ਵਰਗਾ ਲੱਗਦਾ ਹੈ ਜੀ ਹੈਨਾ ਕਿਉਂਕਿ ਸਾਡਾ ਜਿਹੜਾ ਇੱਕ ਸ਼ੋਅ ਆ ਗੱਲ ਤੇ ਗੱਲ ਉਹ ਸਾਰਿਆਂ ਨੂੰ ਐ ਲੱਗਦਾ ਕਿ ਇਹ ਸਾਡੀਆਂ ਹੀ ਭੈਣਾਂ ਇਹ ਸਾਡੀਆਂ ਹੀ ਕੁੜੀਆਂ ਹਨ ਜੀ ਕਿਉਂਕਿ ਉਹ ਕਹਿੰਦੇ ਸਾਨੂੰ ਤੁਹਾਨੂੰ ਦੇਖ ਕੇ ਐ ਲੱਗਦਾ ਸੀਗਾ ਕਿ ਇਹ ਤਾਂ ਸਾਡੇ ਵਰਗੇ ਹੀ ਨੇਗੇ ਜੀ ਹੈਨਾ ਉਹ ਮੈਨੂੰ ਲੱਗਦਾ ਕਿ ਜਦੋਂ ਫਿਲਮਾਂ ਦੇ ਵਿੱਚ ਵੀ ਕੋਈ ਤੁਹਾਨੂੰ ਉਦਾਂ ਦਾ ਮਿਲਦਾ ਜਿਹਦੇ ਵਿੱਚ ਤੁਹਾਨੂੰ ਇਹ ਲੱਗਦਾ ਹੈ ਕਿ ਉਹ ਬਹੁਤ ਐਕਟਰ ਨਹੀਂ ਆ ਜਾਂ ਇੱਕ ਟਿਪੀਕਲ ਐਕਟਰ ਵਾਂਗੂ ਸਾਊਂਡ ਜਾਂ ਪਲੇ ਨਹੀਂ ਕਰ ਰਿਹਾ ਹੈਗਾ ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਤਾਂ ਕੁਝ ਨਵਾਂ ਆ ਹੈ ਨਾ ਸੋ ਜਦੋਂ ਤੁਸੀਂ ਪਰਫਾਰਮ ਕਰਦੇ ਹੋ ਤੁਹਾਡੀਆਂ ਕੀ ਐਫਰਟਸ ਰਹਿੰਦੀਆਂ ਨੇ ਗਿਆ ਤੁਸੀਂ ਕੀ ਸੋਚ ਕੇ ਪਰਫਾਰਮ ਕਰਦੇ ਹੋ ਵੀ ਆਹ ਮੇਰਾ ਕੈਰੈਕਟਰ ਆ ਮੈਂ ਇਹਨੂੰ ਇੱਕ ਕੈਰੈਕਟਰ ਬਣ ਕੇ ਪਰਫਾਰਮ ਕਰਾਂ ਜਾਂ ਜਿਵੇਂ ਮੈਂ ਹੈਗੀ ਆ ਰੂਪੀ ਆ ਮੈਂ ਓਵੇਂ ਪਰਫਾਰਮ ਕਰਾਂ ਕਿਉਂਕਿ ਤੁਹਾਡੇ ਕੈਰੈਕਟਰ ਥੋੜੇ ਲਾਊਡ ਵੀ ਹੁੰਦੇ ਨੇ ਕਿ ਜੀ ਹਾਂ ਮਾ ਦਾ ਲਾਡਲਾ ਮੈਨੂੰ ਇੱਕੋ ਹੀ ਡਾਇਲੋਗ ਮੈਨੂੰ ਬੜਾ ਪਿਆਰਾ ਦਾ ਲੱਗਦਾ ਕਿਨ ਕਿਹੜੇ ਪਹਿ ਹਾਂਜੀ ਹਜੇ ਉਹ ਜਦੋਂ ਉਹਦੇ ਪੈਸੇ ਖਾ ਜਾਂਦੇ ਆ ਹਾਂਜੀ 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 ਆ ਮੈਂ ਸੱਚੀ ਦੱਸਾਂ ਮੈਂ ਸੱਚ ਕੋਈ ਪ੍ਰੈਪਰੇਸ਼ਨ ਨਹੀਂ ਕੀਤੀ ਹੁੰਦੀ ਹੈਗੀ ਮੈਨੂੰ ਇਹ ਹੁੰਦਾ ਕਿ ਕਰੈਕਟਰ ਮਿਲਿਆ ਆ ਕਰੈਕਟਰ ਦੀ ਕੋਸ਼ਿਸ਼ ਕਰਦੇ ਕਿ ਕਰੈਕਟਰ ਕੀ ਕੀ ਕਰਦਾ ਆ ਤੇ ਉਦਾਂ ਦੀ ਉਹ ਕਰਦੇ ਆ ਪਰ ਆਈ ਥਿੰਕ ਜਦੋਂ ਆਪਾਂ ਓਵਰ ਪ੍ਰਿਪੇਅਰਡ ਹੁੰਨੇ ਮੇਰੇ ਲਈ ਪਰਸਨਲੀ ਜਦੋਂ ਮੈਂ ਓਵਰ ਸਮ ਟਾਈਮਸ ਜ਼ਿਆਦਾ ਸੋਚ ਲਾ ਨਾ ਕਿ ਮੈਂ ਇਸ ਇਸ ਵਾਰੀ ਮੈਂ ਆ ਕਰੂੰ ਉਹ ਨਹੀਂ ਹੁੰਦਾ ਹੈਗਾ ਸੋ ਜਿੰਨਾ ਤੁਸੀਂ ਨੈਚੁਰਲ ਮੇਰੇ ਲਈ ਮੈਂ ਸੋਚਿਆ ਮੈਂ ਦੇਖਿਆ ਕਿ ਜਿੰਨਾ ਮੈਂ ਨੈਚੁਰਲ ਕਰ ਸਕਾਂ ਜਿੰਨਾ ਨੈਚੁਰਲ ਡਾਇਲੋਗ ਬੋਲ ਸਕਾਂ ਸਮ ਟਾਈਮਸ ਹੁੰਦਾ ਹੈ ਕਿ ਆ ਕੋਈ ਚੀਜ਼ਾਂ ਨਹੀਂ ਤੁਸੀਂ ਆਪਦੀ ਜੋ ਮੇਰੀ ਨਾਰਮਲ ਬੋਲੀ ਹੋਊਗੀ ਉਹ ਚੀਜ਼ਾਂ ਨਹੀਂ ਬੋਲਣੀ ਹੈ ਇਹ ਉਹਦੇ ਵਿੱਚ ਪਰ ਮੋਸਟ ਆਫ ਦਾ ਟਾਈਮ ਨੂੰ ਇਹ ਹੁੰਦਾ ਕਿ ਮੈਂ ਆਪਣੇ ਹਿਸਾਬ ਨਾਲ ਜਿੰਨਾ ਕੁ ਮੈਨੂੰ ਪਤਾ ਆ ਜਿੰਨਾ ਕੁ ਮੈਂ ਆ ਦੀ ਬੋਲੀ ਨਾ ਕਰ ਸਕਦੀ ਆ ਉਹ ਮੈਂ ਜਰੂਰ ਮੇਨਟੇਨ ਕਰਕੇ ਰੱਖਾਂ ਰੂਪੀ ਜਰੂਰ ਥੋੜੀ ਜੀ ਹੋਵੇ ਉਹਦੇ ਵਿੱਚ ਹਰ ਬਿ ਨੇਚਰਲ ਕਰਨਾ ਵੀ ਕਿ ਮੇਰੀ ਬਹੁਤ ਔਖਾ ਹੋ ਜਾਂਦਾ ਹੈ ਹੈ ਨਾ ਕਿਉਂਕਿ ਕੈਮਰਾ ਤੋਂ ਨੂੰ ਨੇਚਰਲ ਰਹਿਣ ਹੀ ਨਹੀਂ ਦਿੰਦਾ ਨਹੀਂ ਰਹਿਣ ਦਿੰਦਾ ਮੈਨੂੰ ਲੱਗਦਾ ਰਹਿਣ ਦਿੰਦਾ ਪਰ ਕਿਤੇ ਨਾ ਕਿਤੇ ਤੁਹਾਡੇ ਮਤਲਬ ਤੁਸੀਂ ਥੋੜੇ ਕੌਨਸ਼ੀਅਸ ਤਾਂ ਹੋਣੇ ਕਿ ਕੈਮਰਾ ਤੁਹਾਨੂੰ ਫੜ ਰਿਹਾ ਜਾਂ ਤੁਹਾਡੀ ਬਲਾਕਿੰਗ ਹੋਈ ਹੋਈ ਆ ਤੁਹਾਡੀ ਮਾਰਕਿੰਗ ਹੋਈ ਹੋਈ ਆ ਉਹ ਵੀ ਚੀਜ਼ਾਂ ਦਿਮਾਗ 'ਚ ਚੱਲ ਰਹੀਆਂ ਹੁੰਦੀਆਂ ਨੇ ਤੇ ਫਿਰ ਇਹ ਵੀ ਤੁਹਾਡੇ ਦਿਮਾਗ 'ਚ ਚੱਲ ਰਿਹਾ ਹੁੰਦਾ ਹੈ ਕਿ ਇਹ ਬਾਅਦ 'ਚ ਸ਼ੂਟ ਹੋ ਕੇ ਸਿਨੇਮੇ ਤੇ ਕਿਵੇਂ ਦਾ ਦਿਸਣਾ ਆ ਜਾਂ ਮੈਂ ਜੋ ਬੋਲਿਆ ਆ ਉਹ ਕਿਵੇਂ ਦਾ ਸੁਣੂਗਾ ਹਾਂਜੀ 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 ਉਹ ਚੀਜ਼ਾਂ ਵੀ ਤੁਹਾਡੇ ਚੱਲਦੀਆਂ ਰਹਿੰਦੀਆਂ ਜਾਂ ਫਿਰ ਤੁਸੀਂ ਸਭ ਕੁਛ ਭੁੱਲ ਜਾਣੀਏ ਸਭ ਕੁਛ ਭੁੱਲ ਜਾਣੀਏ ਮੈਨੂੰ ਮੈਂ ਨਾ ਉਦੋਂ ਜਦੋਂ ਟ੍ਰੇਲਰ ਲਾਂਚ ਸੀਗਾ ਮੈਂ ਗੱਡੀ 'ਚ ਬੈਠੀ ਤੇ ਮੇਰੇ ਹੱਥ ਕੰਬ ਰਹੇ ਮੇਰੀ ਲੱਤਾਂ ਕੰਬ ਰਹੀਆਂ ਸਾਰਾ ਕੁਛ ਮੈਨੂੰ ਇੰਨਾ ਡਰ ਲੱਗ ਰਿਹਾ ਸਟੇਜ ਤੇ ਚੜਨ ਤੇ ਤੇ ਮੈਨੂੰ ਮਤਲਬ ਮੈਂ ਕਿਹਾ ਸੋਚ ਰਹੀ ਕਿ ਮੈਂ ਬੋਲੂਗੀ ਕੀ ਉੱਥੇ ਜਾ ਕੇ ਮੈਨੂੰ ਨੱਚਣਾ ਮੈਂ ਸਟੈਪ ਬਾਰ-ਬਾਰ ਉਹ ਯਾਦ ਕਰ ਰਹੀ ਹਾਂ ਕਿ ਇੱਦਾਂ ਇੱਦਾਂ ਕਰਨਾ ਮੈਂ ਜਦੋਂ ਹੀ ਸਟੇਜ ਤੇ ਚੜੀ ਮੈਨੂੰ ਸਭ ਕੁਛ ਭੁੱਲ ਗਿਆ ਮੈਨੂੰ ਇਹ ਵੀ ਨਹੀਂ ਮੈਨੂੰ ਸੱਚੀ ਉਹ ਵੀਡੀਓ ਦੇਖ ਕੇ ਵੀ ਨਹੀਂ ਪਤਾ ਲੱਗਦਾ ਕਿ ਮੈਂ ਉਹੀ ਹਾਂ ਜਿਹੜੀ ਮਤਲਬ ਮਤਲਬ ਕਿੱਦ ਪਕਿਦਾ ਤੈਨੂੰ ਯਾਦ ਰਹੇਗੀ ਮੈਂ ਇਹ ਸੋਦੀ ਨਹੀਂ ਸੋ ਉਸ ਟਾਈਮ ਲੱਗਾ ਸ਼ੂਟ ਦੇ ਦੌਰਾਨ ਵੀ ਇਦਾਂ ਹੀ ਹੁੰਦਾ ਕਿ ਮੈਨੂੰ ਮੈਨੂੰ ਨਹੀਂ ਬਿਲਕੁਲ ਯਾਦ ਹੁੰਦਾ ਕਿ ਇਹ ਬਾਅਦ ਚੋ ਥੀਏਟਰ ਚ ਜਾਣੀਆਂ ਮੈਨੂੰ ਇਹ ਹੁੰਦਾ ਕਿ ਇਨ ਦਾ ਮੋਮੈਂਟ ਮਿਲਦਾ ਹੁੰਦਾ ਜਿੰਨਾ ਪ੍ਰੈਜ਼ੈਂਟ ਰਹਿ ਸਕੀਏ ਇਨ ਦਾ ਮੋਮੈਂਟ ਜੇ ਮਤਲਬ ਉਸ ਟਾਈਮ 에 ਇਸ ਟਾਈਮ ਆਪਾਂ ਸਿਰਫ ਯੂ نو ਗੱਲ ਕਰ ਰਹੇ ਹਾਂ ਤੇ ਜਿਵੇਂ ਇਹ ਸੋਚਾ ਕਿ ਆਹ ਗੱਲ ਉਹ ਤੋਂ ਬਾਅਦ ਚੋ ਇਦਾਂ ਇਦਾਂ ਹੋਊਗਾ ਫਿਰ ਮੈਂ ਬਹੁਤ ਜ਼ਿਆਦਾ ਕੌਂਸ਼ੀਅਸ ਹੋ ਜਾਊਂਗੀ ਫਿਰ ਮੇਬੀ ਗਲਤੀਆਂ ਵੀ ਕਰਾਂ ਫਿਰ ਨੈਚਰਲ ਵੀ ਨਹੀਂ ਰਹੂੰਗੀ ਵੀ ਮੈਂ ਬੋਲ ਕੇ ਜਿੰਨਾ ਮੈਂ ਨਾਰਮਲ ਆਪਾਂ ਪ੍ਰੈ ਹੂੰ ਫਿਰ ਤੁਹਾਨੂੰ ਆਨ ਸੈੱਟ ਕਿਦਾਂ ਦੀ ਐਂਬੀਅੰਸ ਚਾਹੀਦੀ ਹੁੰਦੀ ਆ ਪਰਫਾਰਮ ਕਰਨ ਦੇ ਲਈ ਆ ਚਾਕਲੇਟ ਮਿਲ ਜਵੇ ਹੀ ਵਜਾ ਕੇ ਤੇ ਉਹ ਲੰਬਾ ਹੀ ਹੋ ਗਿਆ ਉਹਨਾਂ ਸਿਰ ਨਹੀਂ ਨਹੀਂ ਸਰਗੁਣ ਨੇ ਵੀ ਕਿਹਾ ਕਿ ਕਿੰਨਾ ਕਿੰਨੀ ਕਰੀਗੀ ਨਹੀਂ ਨਹੀਂ ਵਜਾ ਕਰਦੀ ਆ ਐਂਬੀਅੰਸ ਤਾਂ ਨਹੀਂ ਮਿਲਦਾ ਮੈਂ ਆ ਜਦ ਜੇ ਤੁਹਾਡੀ ਟੀਮ ਵਧੀਆ ਹੋਵੇ ਤੇ ਤੁਸੀਂ ਮਤਲਬ ਵਧੀਆ ਠੀਕ ਮੈਨੂੰ ਇਹ ਵੀ ਮੈਂ ਐਕਚੁਅਲੀ ਜੇ ਮੈਂ ਇਹ ਗੱਲ ਮੈਂ ਹੁਣ ਨੋਟਿਸ ਕੀਤੀ ਐ ਐਕਚੁਅਲੀ ਇੰਟਰਵਿਊਸ 'ਚ ਵੀ ਮੈਂ ਨੋਟਿਸ ਕੀਤੀ ਐ ਜੇ ਮੈਂ ਪਾਠ ਕਰ ਲਾ ਪਹਿਲਾਂ ਹੂੰ ਸਵੇਰੇ ਉੱਠ ਕੇ ਪਾਠ ਕਰ ਲਾ ਜਾਂ ਮੂਲ ਮੰਤਰ ਕਰ ਲਾ ਜਾਂਦੇ ਜਾਂਦੇ ਜਾਂ ਉਦਦਾ ਵੀ ਦੌਰਾ ਛੁੱਟ ਤੇ ਦੌਰਾਨ ਵਧੀਆ ਰਹਿੰਦਾ ਦਿਨ ਵੀ ਵਧੀਆ ਰਹਿੰਦਾ ਕੋਈ ਪ੍ਰੋਬਲਮ ਵੀ ਜੇ ਤੁਹਾਡੇ ਕੋਲ ਆਉਂਦੀ ਹੈ ਨਾ ਤੁਸੀਂ ਇੰਨੇ ਅਫਸਰਡ ਨਹੀਂ ਹੁੰਦੇ ਮੈਂ ਨੋਟਿਸ ਕੀਤਾ ਆਪਣੇ ਆਪ ਤੋਂ ਸੋ ਉਹ ਤੁਹਾਡੀਆਂ ਛੋਟੀਆਂ-ਛੋਟੀਆਂ ਚੀਜ਼ਾਂ ਮੈਂ ਡਾਇਰੀ ਚ ਵੀ ਲਿਖਦੀ ਹੁੰਨੀ ਆ ਆਡੀ ਚ ਅੱਬਾ ਸਾਡੀ ਫੀਲਿੰਗਸ ਹੀ ਲੇਦੀ ਹੁੰਨੀ ਆ ਕੁਝ-ਕੁਝ ਖਾਸ ਨਹੀਂ ਲੇਦੀ ਬਸ ਇਹ ਆ ਜਾ ਹੋਇਆ ਜਾਂ ਮੈਂ ਇੱਥੇ ਚੱਲੀ ਆਂ ਸ਼ੂਚ ਦੇ ਨਾਲ ਉਹਦੇ ਨਾਲ ਵੀ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀ ਤੁਸੀਂ ਆਪਦੀ ਮੈਂਟਲ ਹੈਲਥ ਨੂੰ ਜੇ ਤੁਸੀਂ ਟੇਕ ਕੇਅਰ ਕਰੀ ਜਾਓਗੇ ਨਾ ਛੋਟੀਆਂ-ਛੋਟੀਆਂ ਚੀਜ਼ਾਂ ਆਪਦੇ ਦਿਮਾਗ ਦੀ ਕਰੀ ਜਾਓਗੇ ਤੁਸੀਂ ਵਧੀਆ ਰਹਿੰਦੇ ਹੋ ਤੁਹਾਡੀ ਡਾਇਮੰਡ ਟਾਈਮ ਲੰਡੀ ਚੰਡਰ ਤੋਂ ਬਾਅਦ ਤੁਹਾਡਾ ਇੰਟਰਵਿਊ ਸੀਗਾ ਜਦੋਂ ਤੁਹਾਡੀ ਵੱਡਾ ਕਲਾਕਾਰ ਫਿਲਮ ਅਨਾਉਂਸ ਹੋਈ ਸੀਗੀ ਤਾਂ ਉਸ ਇੰਟਰਵਿਊ ਦੇ ਵਿੱਚ ਮਤਲਬ ਕਿਸੇ ਹੋਸਟ ਨੇ ਤੁਹਾਨੂੰ ਇੰਟਰਵਿਊ ਕੀਤਾ ਤੁਸੀਂ ਉਸ ਇੰਟਰਵਿਊ ਵਿੱਚ ਕਿਹਾ ਕਿ ਮੈਂ ਗੀਪੀ ਗਰੇਵਾਲ ਹੋਣਾਂ ਦੇ ਨਾਲ ਕੰਮ ਕਰਨਾ ਚਾਹੁੰਦੀ ਹਾਂ ਫਾਈਨਲੀ ਤੁਸੀਂ ਉਹਨਾਂ ਦੇ ਨਾਲ ਕੰਮ ਕੀਤਾ ਵੀ ਆ ਸੋ ਇੱਕ ਟਾਈਮ ਤੇ ਕੋਈ ਚੀਜ਼ ਤੁਹਾਡਾ ਸੁਪਨਾ ਹੋਣਾ ਜਾਂ ਤੁਸੀਂ ਸਿਰਫ ਉਹਨੂੰ ਸੋਚਿਆ ਹੋਣਾ ਤੇ ਇੱਕ ਟਾਈਮ ਤੇ ਉਹ ਚੀਜ਼ ਇੰਪਲੀਮੈਂਟ ਹੋ ਜਾਣੀ ਤਾਂ ਹੁਣ ਕਿਵੇਂ ਲੱਗ ਰਿਹਾ ਉਹ ਬਹੁਤ ਵਧੀਆ ਮੈਂ ਐਵਰੀ ਲਾਈਕ ਫਿਊ ਮਿੰਟਸ ਮਤਲਬ ਅਦੇ ਮਤਲਬ ਦਮਾਦ ਵਿੱਚ ਹੀ ਮੈਂ ਥੈਂਕ ਯੂ ਕਰੀ ਜਾਨੀ ਆ ਰੱਬ ਦਾ ਕਿ ਇੰਨੀ ਵੱਡੀ ਓਪਰਚੁਨਿਟੀ ਮਿਲੀ ਬਸ ਆਈ ਥਿੰਕ ਬਸ ਗ੍ਰੇਟਫੁਲ ਐ ਹੋਰ ਕੁਛ ਨਹੀਂ ਮੈਂ ਜਿਆਦਾ ਮੈਂ ਇਹ ਵੀ ਨਹੀਂ ਸੋਚਣਾ ਚਾਹਦੀ ਇਹ ਤੋਂ ਬਾਅਦ ਕੀ ਹੋਊਗਾ ਜਾਂ ਇਹ ਤੋਂ ਪਹਿਲਾਂ ਕੀ ਕੀਤਾ ਬਸ ਇਸ ਮੋਮੈਂਟ ਨੂੰ ਇੰਜੋਏ ਕਰਕੇ ਆਮ ਜਸ ਬਹੁਤ ਜ਼ਿਆਦਾ ਗ੍ਰੇਟਫੁਲ ਪਹਾ ਪਰ ਜਿਨ੍ਹਾਂ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਹੁੰਦੇ ਜਦੋਂ ਆਨਸੈਟ ਤੁਸੀਂ ਕਿਪੀ ਉਹਨਾਂ ਦੇ ਨਾਲ ਕੰਮ ਕਰ ਰਹੇ ਸੀਗੇ ਮਤਲਬ ਤੁਸੀਂ ਵੀ ਕੋਈ ਮਤਲਬ ਉਹਨਾਂ ਨਾਲੋਂ ਘੱਟ ਸਟਾਰ ਨਹੀਂ ਹੋਗੇ ਪਰ ਮੈਨੂੰ ਹੁੰਦਾ ਕਿ ਜਿਨ੍ਹਾਂ ਲੋਕਾਂ ਨੂੰ ਸੀ ਅਡਮਾਇਰ ਕਰ ਹੁੰਦੇ ਆ ਜਦੋਂ ਉਹ ਰਿਐਲਿਟੀ ਸਾਡੇ ਸਾਹਮਣੇ ਹੁੰਦੇ ਨੇ ਤੇ ਉਹਨਾਂ ਨਾਲ ਅਸੀਂ ਇਕੱਠੇ ਕੰਮ ਵੀ ਕਰ ਰਹੇ ਹੁੰਦੇ ਆ ਜੀ ਕਿਤੇ ਨਾ ਕਿਤੇ ਥੋੜਾ ਇਨਫਲੂਐਂਸ ਰਹਿੰਦਾ ਜਾਂ ਫਿਰ ਉਹਦੋਂ ਤੁਸੀਂ ਸਿਰਫ ਆਪਣਾ ਪਰਫਾਰਮ ਕਰ ਰਹੇ ਹੁੰਦੇ ਹੋ ਮੈਨੂੰ ਇਹ ਹੁੰਦਾ ਕਿ ਵਧੀਆ ਹੋ ਜਾਵੇ ਬਸ ਉਹਨਾਂ ਨੂੰ ਸਾਹਮਣੇ ਵਾਲੇ ਬੰਦੇ ਕੋਈ ਵੀ ਹੋਵੇ ਉਹਨਾਂ ਨੂੰ ਵੇਟ ਨਾ ਕਰਨੀ ਪਵੇ ਮੇਰੇ ਕਰਕੇ ਤੇ ਬਸ ਮੈਂ ਆਪਣਾ ਜਦੋਂ ਮੇਰਾ ਟਾਈਮ ਆਵੇ ক্লোਜ਼ ਅਪ ਜਾਂ ਕਿਸੇ ਵੀ ਚੀਜ਼ ਦਾ ਮੈਂ ਵਧੀਆ ਕਰ ਸਕਾ ਤੇ ਬਸ ਉਹ ਮਤਲਬ ਮੂਰਿਓ ਮੈਂ ਕਿਸੇ ਨੂੰ ਮਤਲਬ ਥੋੜਾ ਜਿਹਾ ਤੰਗ ਨਾ ਹੋਵਾਂ ਕੋਈ ਵੀ ਹੋਵੇ ਤਾਂ ਮੈਨੂੰ ਇਹ ਬਹੁਤ ਹੁੰਦਾ ਹੈ ਸੋ ਉਸ ਕਰਕੇ ਮੈਨੂੰ ਇਹ ਹੁੰਦਾ ਕਿ ਰੂਪੀ ਵਧੀਆ ਕਰਦੀ ਪਲੀਜ਼ ਤੇ ਤੁਹਾਡੀ ਪਰਫਾਰਮੈਂਸ ਆਪਣੇ ਕੋ-ਐਕਟਰ ਤੇ ਵੀ ਡਿਪੈਂਡ ਕਰਦੀ ਹੁੰਦੀ ਹੈ ਆ ਯਸ ਇਦਾਂ ਦਾ ਜਰੂਰ ਹੁੰਦਾ ਆਈ ਡੋਨਟ ਥਿੰਕ ਆਪਾਂ ਨੋਟਿਸ ਕਰਦੇ ਉਸ ਮੂਮੈਂਟ 'ਚ ਚੀਜ਼ਾਂ ਪਰ ਆਈ ਥਿੰਕ ਜਦੋਂ ਹੁਣ ਹਾਈ ਬੂ ਸਾਡਾ ਗਾਣਾ ਆਇਆ ਆ ਤੇ ਮੈਂ ਤੇ ਸਰਗੁਣ ਇੱਕ ਦੂਸਰੇ ਨੂੰ ਅਸੀਂ ਆਪਣੀ એનર્ਜੀ ਤੋਂ ਇੱਕ ਦੂਸਰੇ ਨੂੰ ਮਤਲਬ ਫੀਡ ਆਫ ਕਰ ਕਰਕੇ ਅਸੀਂ ਇੰਨਾ ਵਧੀਆ ਪਰਫਾਰਮ ਕਰ ਸਕਿਆ ਤੇ ਮਤਲਬ ਆਪਣਾ ਹੀ ਆਪੀ ਤਾਰੀਫ ਕਰਤੀ ਕਿ ਵਧੀਆ ਪਰਫਾਰਮ ਕਰ ਸਕਿਆ ਬਟ ਨਹੀਂ ਮਤਲਬ ਉਸ ਜਿੰਨੀ એનર્ਜੀ ਨਾਲ ਅਸੀਂ ਕੀਤੀ ਤੇ ਉਹ ਮਤਲਬ ਸਿਰਫ ਇੱਕ ਦੂਸਰੇ ਕਰਕੇ ਕਿਉਂਕਿ ਇੱਕ ਦੂਸਰਗੁਣ ਨੇ ਨਾ ਵਧੀਆ ਕਰੀ ਸੀ ਸੋ ਮੈਨੂੰ ਸੀ ਓਕੇ ਵਧੀਆ ਕਰਨਾ ਨਹੀਂ ਤਾਂ एनर्जी मैच ਨਹੀਂ ਹੋਣੀ ਸੋ ਜਦੋਂ ਉਹਨਾਂ ਨੇ ਮੇਰੇ ਵਾਲ ਵੀ ਪੱਟੇ ਜਾਂ ਕਿਸੇ ਵੀ ਚੀਜ਼ ਰਿਐਕਸ਼ਨ ਦੇਣੇ ਜਾਂ ਬਹੁਤ ਚੀਜ਼ਾਂ ਉਹਨਾਂ ਬਹੁਤ ਫਰਕ ਪੈਂਦਾ ਆ ਰੇਡੀਓ ਤੇ ਮੇਰੇ ਕੁਲੀਗ ਹੁੰਦੇ ਸੀ ਉਹਨੇ ਇੱਕ ਦਿਨ ਮੈਨੂੰ ਆਪਣੀ ਪਾਸਪੋਰਟ ਸਾਈਜ਼ ਫੋਟੋ ਦਿਖਾ ਕੇ ਕਹਿੰਦੇ ਦੇਖ ਮੇਰੀ ਕਿੰਨੀ ਸੋਹਣੀ ਫੋਟੋ ਮੈਂ ਕਿਹਾ ਭਾਜੀ ਤੁਸੀਂ ਆਪਣੀ ਫੋਟੋ ਨੂੰ ਆਪ ਹੀ ਸੋਹਣਾ ਕਹਿੰਦੇ ਕਹਿੰਦੇ ਦੇਖ ਕਿਸੇ ਦੇ ਸੋਹਣਾ ਕਹਿਣ ਤੱਕ ਦੀ ਵੇਟ ਨਹੀਂ ਕਰਨੀ ਚਾਹੀਦੀ ਹਾਂਜੀ ਬੰਦੇ ਨੂੰ ਆਪਣੀ ਚੀਜ਼ ਆਪ ਸਲਾਉਣੀ ਚਾਹੀਦੀ ਸੋ ਮੈਨੂੰ ਲੱਗਾ ਕਿ ਵਿੱਚ ਬੁਰਾ ਮੰਨਣ ਵਾਲੀ ਕੋਈ ਗੱਲ ਨਹੀਂ ਨਹੀਂ ਮੈਂ ਕਿਹਾ ਫਿਰ ਆਪਣੀ ਤਾਰੀਫ ਕਰਨੀ ਥੋੜਾ ਜਿਹਾ ਫੁਰਤਰਾ ਲੱਗਦਾ ਸ ਮੈਨੂੰ ਮੈਂ ਜਦੋਂ ਜਦੋਂ ਮੈਂ ਤੁਹਾਨੂੰ ਪਹਿਲਾਂ ਗੀਤਾਂ ਚ ਦੇਖਿਆ ਜਾਂ ਆਸ਼ਕੀ ਫਿਲਮ ਤੁਹਾਡੀ ਦੇਖੀ ਉਸ ਤੋਂ ਬਾਅਦ ਲਾਈਏ ਜੇ ਯਾਰੀਆਂ ਤੁਹਾਡੀ ਫਿਲਮ ਦੇਖੀ ਪ੍ਰਿੰਦਾ ਪਾਰ ਗਿਆ ਤੁਹਾਡੀ ਫਿਲਮ ਦੇਖੀ ਕਿਉਂਕਿ ਮੈਂ ਜਿਵੇਂ ਤੁਸੀਂ ਕਹੇ ਕਿ ਤੁਸੀਂ ਇੰਟਰਵਿਊਸ ਕਰਦੇ ਬਹੁਤ ਘੱਟ ਆ ਮੈਂ ਬੀਰ ਸਿੰਘੋਂ ਨਾਲੀਆਂ ਤੁਹਾਡੀਆਂ ਇੰਟਰਵਿਊਸ ਦੇਖੀਆਂ ਉਹਦੇ ਵਿੱਚ ਵੀ ਕਿਉਂਕਿ ਜੋ ਕੰਟੈਂਟ ਹੁੰਦਾ ਉਹਦੀ ਪ੍ਰੋਮੋਸ਼ਨ ਤੇ ਤੁਸੀਂ ਉਦਾਂ ਦੀ ਕਨਵਰਸੇਸ਼ਨ ਹੀ ਕਰਦੇ ਹੋ ਤਾਂ ਉਹਦੇ ਵਿੱਚ ਵੀ ਤੁਸੀਂ ਥੋੜਾ ਕੁਆਇਟ ਸੀ ਪਰ ਮੈਨੂੰ ਇਹ ਲੱਗਦਾ ਸੀਗਾ ਕਿ ਤੁਸੀਂ ਬਹੁਤ ਜ਼ਿਆਦਾ ਬੱਬਲੀ ਜੀ ਐਂਡ ਬਹੁਤ ਜ਼ਿਆਦਾ ਆਊਟ ਸਪੋਕਨ ਹੋਵੋਗੇ ਹੁਣ ਜਿਵੇਂ ਤੁਹਾਡੀ ਰੀਸੈਂਟ ਫਿਲਮ 15 ਮਾਰਚ ਨੂੰ ਜਿਹੜੀ ਆ ਰਹੀ ਆ ਉਹਦੀਆਂ ਜਦੋਂ ਮੈਂ ਇੰਟਰਵਿਊਜ਼ ਦੇਖਦੀ ਆ ਤੇ ਮੈਨੂੰ ਲੱਗਦਾ ਕਿ ਰੂਪੇ ਕਾਫੀ ਕੁਆਇਟ ਜਿੱਤੇ ਕਿਤੇ ਕੋਈ ਮਤਲਬ ਕੋਈ ਹਜੇ ਮੂਮੈਂਟ ਜਾਂ ਕੋਈ ਜਗ੍ਹਾ ਜਾਂ ਕੋਈ ਵਾਈਬ ਹੁੰਦੀ ਹੈ ਜਿਹੜੀ ਤੁਹਾਨੂੰ ਰਿਜ਼ਰਵ ਕਰ ਦਿੰਦੀ ਹੈ ਹਾਂਜੀ ਆਈ ਥਿੰਕ ਬਿਕਾਜ਼ ਮੈਨੂੰ ਇੰਨਾ ਹਜੇ ਨਹੀਂ ਪਤਾ ਨਾ ਇੰਟਰਵਿਊਜ਼ ਦੇ ਵਿੱਚ ਮੈਨੂੰ ਇਦਾਂ ਲੱਗਦਾ ਕਿ ਮੈਂ ਤਾਂ ਮਤਲਬ ਸੱਚੀ ਦੱਸਦਾ ਮੈਨੂੰ ਇਦਾਂ ਲੱਗਦਾ ਮੈਂ ਤਾਂ ਕੁਝ ਗਲਤ ਨਾ ਕਿਹਾ ਜਾਵੇ ਕਿਸੇ ਨੂੰ ਮਤਲਬ ਹਰਟ ਨਾ ਕੀਤਾ ਜਾਵੇ ਉਸ ਕਰਕੇ ਮੈਂ ਥੋੜਾ ਜਿਹਾ ਜਿਹਦਾ ਹੁਣ ਅੱਜ ਆਪਾਂ ਗੱਲ ਕਰ ਰਿਹਾ ਮੈਂ ਬਹੁਤ ਜ਼ਿਆਦਾ ਪ੍ਰੈਜ਼ੈਂਟ ਆ ਕਾਫੀ ਕੰਫਰਟेबल ਆ ਨੀਹਾ ਵੀ ਦੇਖ ਰਹੀ ਹੋਗੀ ਕਿ ਅੱਜ ਬੋਲੀ ਜਾਂਦੀ ਆ ਤਾਂ ਉਸ ਕਰਕੇ ਥੋੜਾ ਜਿਹਾ ਫਰਕ ਪੈ ਜਾਂਦਾ ਐਨਵਾਇਰਨਮੈਂਟ ਦਾ ਪਰ ਆਈ ਥਿੰਕ ਬਸ ਮੈਨੂੰ ਇਹ ਹੁੰਦਾ ਕਿ ਮਤਲਬ ਕੱਲੂ ਕੋਈ ਕਿਸੇ ਨੂੰ ਮੈਂ ਕੁਝ ਗਲਤ ਨਾ ਕਹਾਂ ਕਿਉਂਕਿ ਮੈਨੂੰ ਨਹੀਂ ਹਜੇ ਇੰਨਾ ਬੋਲਣਾ ਮੈਨੂੰ ਕੋਈ ਡਾਇਲੌਗ ਦੇ ਦੂਗਾ ਤਾਂ ਮੈਂ ਯਾਦ ਕਰਕੇ ਬੋਲ ਦੂੰਗੀ ਆਰਾਮ ਨਾਲ ਬ ਫਿਰ ਮੈਨੂੰ ਹੁੰਦਾ ਕਿ ਮਤਲਬ ਮੈਂ ਹਜੇ ਉਹਨਾ ਕੰਮ ਕੀਤਾ ਵੀ ਨਹੀਂ ਹੈਗਾ ਕਿ ਮੈਂ ਜਾ ਕੇ ਉੱਥੇ ਬਹਿ ਕੇ ਕਹਾਂ ਕਿ ਮੈਨੂੰ ਪਤਾ ਜੀ ਮਤਲਬ ਥੋੜਾ ਜਿਹਾ ਕੁਆਇਟ ਰਹਿਣਾ ਮੈਨੂੰ ਵਧੀਆ ਲੱਗਦਾ ਫਿਰ ਐਡਮਿਟਡ ਵੀ ਤੁਸੀਂ ਸ਼ੂਟ ਕਰਕੇ ਆਏ ਹੋ ਮੈਨੂੰ ਲੱਗਦਾ ਹੈ ਕਿ ਜਿੰਨੀਆਂ ਹੁਣ ਤੱਕ ਫਿਲਮਾਂ ਤੁਸੀਂ ਕੀਤੀਆਂ ਨੇ ਗਿਆ ਟਾਈਟਲ ਤੋਂ ਮੈਨੂੰ ਲੱਗਦਾ ਹੈ ਜੀ ਕਿ ਉਹ ਕਾਫੀ ਡਿਫਰੈਂਟ ਫਿਲਮ ਹੋਊਗੀ ਜਾਂ ਉਹ ਕੰਟੈਂਟ ਹੋਊਗਾ ਜਿਹੜਾ ਕਿ ਤੁਸੀਂ ਹਲੇ ਤੱਕ ਐਕਸਪੀਰੀਅੰਸ ਨਹੀਂ ਕੀਤਾ ਆਪਣੀ ਫਿਲਮੋਗ੍ਰਾਫੀ ਦੇ ਵਿੱਚ ਹਾਂਜੀ ਉਹ ਫਿਲਮ ਇੰਨੀ ਕਲੋਸ ਹੈ ਆਈ ਥਿੰਕ ਮੇਰੇ ਮੇਰੇ ਦਿਲ ਦੇ ਤੇ ਤਾਨੀਆ ਦੇ ਦਿਲ ਦੇ ਵੀ ਤੇ ਅੰਬਰਪਾ ਜੀ ਦੇ ਵੀ ਤੇ ਲਕਸ਼ ਦੇ ਵੀ ਜਿਹੜੇ ਹੁਣ ਲਾਂਚ ਹੋ ਰਿਹਾ ਉਹ ਫਿਲਮ ਐਕਚੁਅਲੀ ਡਿਫਰੈਂਟ ਵੀ ਆ ਤੇ ਮੈਨੂੰ ਲੱਗਦਾ ਹਰ ਕੋਈ ਉਸ ਫਿਲਮ ਨਾਲ ਵੀ ਰਿਲੇਟ ਕਰ ਪਾਊਗਾ ਉਹ ਇੰਨੀ ਸੋਹਣੀ ਫਿਲਮ ਹੈ ਉਹਦਾ ਹਜੇ ਸ਼ੂਟ ਡਨ ਨਹੀਂ ਹੋਇਆ ਹੈਗਾ ਪਰ ਉਹ ਫਿਲਮ ਮੈਂ ਐਕਚੁਅਲੀ ਕਾਫੀ ਟਾਈਮ ਆਪਦੀ ਟੀਮ ਨੂੰ ਵੀ ਦੱਸਦੀ ਰਹੀ ਕਿ ਜਦੋਂ ਉਹ ਫਿਲਮ ਡਨ ਹੋਈ ਜਦੋਂ ਉਹਦਾ ਫਰਸਟ ਸ케ਜੂਲ ਤੁਸੀਂ ਬਲੀਵ ਨਹੀਂ ਕਰੋਗੇ ਮੈਮ ਮੈਂ ਇੰਨੇ ਦਿਨ ਬਾਅਦ ਉਹਨੂੰ ਮਿਸ ਕੀਤਾ ਉਹ ਕੈਰੇਕਟਰ ਨੂੰ ਫਰਸਟ ਟਾਈਮ ਮੈਂ ਉਸ ਕੈਰੇਕਟਰ ਨੂੰ ਮਿਸ ਕੀਤਾ ਤੇ ਉਹ ਇਦਾਂ ਦਾ ਕੈਰੇਕਟਰ ਸੀ ਉਹ ਜਿਹੜਾ ਅੰਬਰਪਾ ਜੀ ਨੇ ਇੰਨਾ ਸੋਹਣਾ ਲਿਖਿਆ ਆ ਤੇ ਉਹ ਫਿਲਮ ਬਹੁਤ ਜ਼ਿਆਦਾ ਸੋਹਣੀ ਹੈ ਤੇ ਮੈਨੂੰ ਲੱਗਦਾ ਉਹ ਮਤਲਬ ਸਾਰਿਆਂ ਨੂੰ ਬਹੁਤ ਵਧੀਆ ਲੱਗ ਤੇ ਮਿਠੜੇ ਜਦੋਂ ਰਿਲੀਜ਼ ਹੋ ਜੂਗੀ ਜਾਂ ਫਿਰ ਤੁਸੀਂ ਫਿਲਮ ਦਾ ਸ਼ੂਟ ਕੰਪਲੀਟ ਕਰ ਲੂਗੀ ਤੁਹਾਡਾ ਅਗੋਂ ਦਾ ਜਿਹੜਾ ਕੰਮ ਹੋਊਗਾ ਮਿਠੜੇ ਤੋਂ ਥੋੜਾ ਪਤਾ ਜਿਵੇਂ ਇਨਸਪਾਇਰ ਨਹੀਂ ਅਸੀਂ ਕਹਿ ਸਕਦੇ ਕਿ ਉਹਨੂੰ ਧਿਆਨ 'ਚ ਰੱਖਦੇ ਹੋયા ਤੁਹਾਡੀ ਸਿਲੈਕਸ਼ਨ ਦੇ ਉੱਪਰ ਅਸਰ ਪਊਗਾ ਆਉਣ ਵਾਲੇ ਤੁਹਾਡੇ ਕੰਮ ਦਾ ਆ ਇਹ ਮੈਨੂੰ ਹਜੇ ਮੈਂ ਸ਼ੋਰ ਨਹੀਂ ਹੈਗੀ ਇਸ ਚੀਜ਼ ਦਾ ਮੈਨੂੰ ਮਤਲਬ ਜੇ ਹੁਣੇ ਜਵਾਬ ਦੇ ਸਕਾਂ ਬਿਕਾਜ਼ ਉਦੋਂ ਨਾ ਜਦੋਂ ਫਿਲਮ ਆਊਗੀ ਤਾਂ ਰਿਸਪੌਂਸ ਦੇ ਅਕੋਰਡਿੰਗ ਵੀ ਆਪਾਂ ਦੇਖਾਂਗੇ ਬਟ ਮੈਨੂੰ ਇਹ ਹੈ ਕਿ No what selection, selection quantity, नो मैटर व्हाट सिलेक्शन सिलेक्शन ਦਾ ਨਹੀਂ ਹੁੰਦਾ ਕਿ ਵਧੀਆ ਫਿਲਮਾਂ ਹੋਣ ਜੋ ਮਰਜੀ ਹੋਵੇ ਮਿਠੜੇ ਤੋਂ ਬਾਅਦ ਮਿਠੜੇ ਤੋਂ ਪਹਿਲਾਂ ਵੀ ਮਤਲਬ ਵਧੀਆ ਫਿਲਮਾਂ ਅਸੀਂ ਕਰ ਸਕੀਏ ਕੁਆਲਿਟੀ ਫਿਲਮਾਂ ਕਰ ਸਕਾਂ ਤੇ ਰੈਦਰ ਦਨ ਕੁਆਂਟੀਟੀ ਤੇ ਜਿੰਨਾ ਕਿਪਾ ਮਾ ਥੋੜਾ ਹੋਵੇ ਪਰ ਵਧੀਆ ਹੋਵੇ ਹੂੰ ਬਿਲਕੁਲ ਤੇ ਹੁਣ ਤੁਹਾਨੂੰ ਯਕੀਨ ਆ ਗਿਆ ਫਾਈਨਲੀ ਕਿ ਤੁਸੀਂ ਇਸ ਇੰਡਸਟਰੀ ਦਾ ਹਿੱਸਾ ਹੋ ਤੁਸੀਂ ਕਰ ਰਹੇ ਹੋ ਕੰਮ ਕਿਉਂਕਿ ਅੱਜ ਤੋਂ 5 ਸਾਲ ਪਹਿਲਾਂ ਤੁਹਾਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਮੈਂ ਕੈਨੇਡਾ ਤੋਂ ਇੱਧਰ ਤਾਂ ਆ ਗਈ ਫਲਾਈਟ ਲੈ ਕੇ ਮੈਨੂੰ ਪਰ ਲੱਗ ਨਹੀਂ ਰਿਹਾ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੈਂ ਸੱਚੀ ਕੰਮ ਕਰ ਰਹੀ ਹਾਂ ਮੈਨੂੰ ਤਾਂ ਹਜੇ ਵੀ ਨਹੀਂ ਹੋ ਰਿਹਾ ਜੀ ਸੱਚੀ ਦੱਸਾਂ ਟੂ ਬੀ ਵੈਰੀ ਓਨਸਟ ਮੈਨੂੰ ਤਾਂ ਹਜੇ ਵੀ ਨਹੀਂ ਹੋ ਰਿਹਾ ਕਿ ਮਤਲਬ ਜਿਵੇਂ ਅਸੀਂ ਮੈਂ ਹੋਲਡਿੰਗਸ ਵੀ ਦੇਖ ਰਹੀ ਸੀ ਮੈਂ ਸੋਚ ਰਹੀ ਸੀ ਕਿ ਕਿੱਦਾਂ ਹੋ ਗਿਆ ਕਿੱਦਾਂ ਪਹੁੰਚ ਗਏ ਇੱਥੇ ਮੈਨੂੰ ਸੱਚੀ ਨਹੀਂ ਮਤਲਬ ਜਿੱਦਾਂ ਦੇ ਅਸੀਂ ਬੈਕਗ੍ਰਾਉਂਡ ਤੋਂ ਸਿੰਪਲ ਜੀ ਫੈਮਲੀ ਆ ਤੇ ਕਦੇ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਅਸੀਂ ਮਤਲਬ ਵੀ ਫਿਲਮ 'ਚ ਵੀ ਗਾਣਿਆਂ 'ਚ ਵੀ ਫਿਲਮਾਂ ਤਾਂ ਛੱਡੋ ਕਿ ਗਾਣਿਆਂ 'ਚ ਵੀ ਆ ਜਾਾਂਗੇ ਸੋ ਮੈਂ ਸੋਚਣਾ ਵੀ ਨਹੀਂ ਚਾਹੁੰਦੀ ਕਿ ਮੈਂ ਮਤਲਬ ਐਕਟਰਸ ਹਾਂ ਫਿਲਮਾਂ ਚ ਸੱਚੀ ਨਹੀਂ ਸੋਚਣਾ ਟੂ ਬੀ ਵੈਰੀ ਓਨਸਟ ਮੈਨੂੰ ਕੋਈ ਨਹੀਂ ਮੈਨੂੰ ਇਹ ਆ ਕਿ ਮਤਲਬ ਇਹ ਸੁਪਨੇ ਹਾਂਜੀ ਆ ਕੋਈ ਵੀ ਬੰਦਾ ਸੁਪਨੇ ਲੈ ਸਕਦਾ ਆ ਤੇ ਬਸ ਉਹਦੀ ਮਿਹਨਤ ਕਰੇ ਤੇ ਚੰਗਾ ਇਨਸਾਨ ਹੋਵੇ ਤਾਂ ਕੁਝ ਵੀ ਐਨੀਥਿੰਗ ਇਜ਼ ਪੋਸੀਬਲ ਜੀ ਐਨ ਤੁਹਾਡੀ ਫੈਮਿਲੀ ਤੁਹਾਡੇ ਕੰਮ ਨੂੰ ਕਿਵੇਂ ਦੇਖਦੀ ਆ ਤੁਹਾਡੇ ਦਾਦਾ ਦਾਦੀ ਨੇ ਕੋਈ ਤੁਹਾਡਾ ਕੰਮ ਦੇਖਿਆ ਜਾਂ ਉਸ ਤੋਂ ਪਹਿਲਾਂ ਉਹ ਪੂਰੇ ਹੋ ਗਈ ਸੀ ਉਸ ਤੋਂ ਪਹਿਲਾਂ ਹੀ ਉਹ ਪੂਰੇ ਹੋ ਗਈ ਸੀ ਮੈਂ ਤਾਂ ਉਦੋਂ ਬਹੁਤ ਜ਼ਿਆਦਾ ਛੋਟੀ ਸੀਗੀ ਤੇ ਪਰ ਮੇਰੇ ਮम्मा ਡੈਡੀ ਤਾਂ ਬਹੁਤ ਜ਼ਿਆਦਾ ਸਪੋਰਟਿਵ ਨੇ ਮੰਮੀ ਨੂੰ ਇਹੀ ਹੁੰਦਾ ਕਿ ਜੋ ਵੀ ਜਿਹੜਾ ਵੀ ਕੰਮ ਆ ਬਸ ਉਹ ਫੈਮਿਲੀ ਨੂੰ ਪਸੰਦ ਆਵੇ ਫੈਮਿਲੀ ਓਰੀਐਂਟਡ ਹੋਵੇ ਤੇ ਇਹ ਮੇਨ ਚੀਜ਼ ਜ਼ਰੂਰ ਮੇਰੀ ਮੰਮੀ ਹਮੇਸ਼ਾ ਸਮਝਾਉਂਦੇ ਰਹਿੰਦੇ ਆ ਕਿ ਮੇਕ ਸ਼ੁਰ ਕਰਨਾ ਨਾ ਕਿ ਸਿਰਫ ਸਾਡੀ ਫੈਮਿਲੀ ਬਟ ਬਾਕੀ ਫੈਮਿਲੀਜ਼ ਵੀ ਪੰਜਾਬ ਚ ਕੋਈ ਵੀ ਪੰਜਾਬੀਜ਼ ਨੇ ਮੇਕ ਸ਼ੁਰ ਕਰਨਾ ਕਿ ਮਤਲਬ ਸਾਰੇ ਲਿਵਿੰਗ ਰੂਮ ਚ ਬੈਠ ਕੇ ਫਿਲਮ ਦੇਖ ਸਕਣ ਤੇਰੀ ਇਹ ਜ਼ਰੂਰੀ ਹੈ ਵੀ ਏਜ ਕੋਈ ਵੀ ਏਜ ਗਰੁੱਪ ਹੋਵੇ ਸਾਰੇ ਆਰਾਮ ਨਾਲ ਕੰਫਰਟੇਬਲ ਹੋ ਕੇ ਦੇਖ ਸਕਣ ਤੇ ਇਦਾਂ ਦਾ ਕੰਮ ਕਰਨਾ ਸੋ ਇਹ ਜ਼ਰੂਰ ਦਿਮਾਗ ਚ ਕੋਈ ਵੀ ਤੁਹਾਡਾ ਕੰਮ ਰਿਲੀਜ਼ ਹੁੰਦਾ ਚਾਹੇ ਉਹ ਕੋਈ ਗਾਣਾ ਆ ਚਾਹੇ ਉਹ ਕੋਈ ਫਿਲਮ ਆ ਤੇ ਤੁਹਾਨੂੰ ਸਭ ਤੋਂ ਪਹਿਲਾ ਪਰਸਨ ਕਿਹਦੀ ਵੇਟ ਹੁੰਦੀ ਹੈ ਕਿ ਇਹ ਮੇਰੇ ਕੰਮ ਨੂੰ ਕੀ ਰਿਵਿਊ ਦੇਊਗਾ ਮੰਮੀ ਦੀ ਜੀ ਥੋੜੇ ਦਿਨ ਪਹਿਲਾਂ ਹਾਈ ਬੂ ਆਇਆ ਤੇ ਉਦੋਂ ਉਹਨਾਂ ਨੇ ਮੈਨੂੰ ਕਿਹਾ ਫੋਨ ਤੇ ਉਹ ਜਿਆਦਾ ਨਹੀਂ ਕਹਿੰਦੇ ਹੁੰਦੇ ਪਰ ਉਹਨਾਂ ਨੇ ਮਤਲਬ ਹੁਣ ਉਹਨਾਂ ਨੇ ਇੰਟਰਵਿਊਸ ਦਾ ਵੀ ਕਿਹਾ ਸੀ ਕਿ ਰੂਪੀ ਥੋੜਾ ਜਿਆਦਾ ਖੁੱਲ ਕੇ ਬੋਲਿਆ ਕਰ ਮੈਂ ਕਿਹਾ ਵੀ ਮੈਨੂੰ ਇਦਾਂ ਡਰ ਲੱਗਦਾ ਪਰ ਅੱਜ ਵੀ ਉਹਨਾਂ ਨੂੰ ਮੈਂ ਦੱਸਿਆ ਕਿ ਤੁਹਾਡੇ ਦਾ ਇੰਟਰਵਿਊ ਆ ਤਾਂ ਉਹਨਾਂ ਨੇ ਜ਼ਰੂਰ ਦੇਖਣੀ ਆ ਤੇ ਖੁਸ਼ ਹੋਣਗੇ ਪਰ ਹਾਈ ਬੂ ਦਾ ਮੈਂ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਗੁੱਡ ਡਾਂਸ ਬਸ ਆਹੀ ਕਿਹਾ ਸਰ ਮੈਸੇਜ ਕਰਕੇ ਗੁੱਡ ਡਾਂਸ ਤੇ ਅੱਜ ਮੈਂ ਫੇਰ ਪੁੱਛਿਆ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਦੇਖ ਲਈ ਸੀ ਪੂਰਾ ਗਾਣਾ ਬਸ ਸਿਫਤ ਸੌਣ ਨੂੰ ਕਿ ਉਹਨਾਂ ਨੂੰ ਵੀ ਉਹ ਮੈਨੂੰ ਕੁਝ ਕਹਿ ਦੇਣ ਵਧੀਆ ਕਹਿੰਦੇ ਹਾਂ ਹਾਂ ਮੈਂ ਦੇਖ ਲਿਆ ਸੀਗਾ ਤੇ ਮੈਂ ਕਿਹਾ ਵਧੀਆ ਲੱਗਿਆ ਕਹਿੰਦੀ ਹਾਂ ਮੈਂ ਕਿੰਨੀ ਵਾਰੀ ਦੇਖ ਲਿਆ ਇਹਦਾ ਮਤਲਬ ਲੋ ਕਿ ਵਧੀਆ ਲੱਗਿਆ ਜੇ ਉਹਨਾਂ ਨੇ ਕਿੰਨੀ ਵਾਰੀ ਦੇਖ ਲਿਆ ਮਤਲਬ ਵਧੀਆ ਲੱਗਿਆ ਜੀ ਸੋ ਉਹਨਾਂ ਦੀ ਮੈਨੂੰ ਕਾਫੀ ਵੇਟ ਹੁੰਦੀ ਆ ਹੂੰ ਤੁਹਾਡੀਆਂ ਹੁਣ ਤੱਕ ਦੇ ਜਿਹਨੇ ਤੁਸੀਂ ਗੀਤ ਕੀਤੇ ਨੇ ਮੈਨੂੰ ਤੁਹਾਡਾ ਦਿਲਦਾਰੀਆਂ ਗਾਣਾ ਰਾਜ ਰਣਜੋਧ ਹੁਣ ਆਲਾ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਮੈਨੂੰ ਮੈਂ ਅੱਜ ਵੀ ਅਸੀਂ ਤੁਹਾਡੇ ਆਉਣ ਤੋਂ ਪਹਿਲਾਂ ਉਹੀ ਸੁਣ ਰਹੇ ਸੀਗੇ ਤਾਂ ਜਦੋਂ ਗਾਣਾ ਦੋ ਸਾਲ ਪਹਿਲਾਂ ਆਇਆ ਸੀਗਾ ਉਹ ਤੇ ਜਿੱਦ ਦਿਨ ਉਹ ਆਇਆ ਸੀਗਾ ਤੇ ਕਿੰਨੇ ਦਿਨ ਲਗਾਤਾਰ ਮੇਰੀ ਕਾਰ 'ਚ ਉਹੀ ਪਹਿਣਾ ਚੱਲਿਆ ਉਹੀ ਕਿਉਂਕਿ ਰਾਜ ਰਣਜੋਧ ਮੇਰੇ ਫੇਵਰਿਟ ਲਿਰਿਸਟ ਉਹਨਾਂ ਇਹ ਮਤਲਬ ਪਸੰਦੀਦਾ ਗੀਤਕਾਰਾਂ ਚੋਂ ਇੱਕ ਹੈ ਤੇ ਉਹਨਾਂ ਦਾ ਕੰਮ ਇਹਨੂੰ ਬਹੁਤ ਪਸੰਦ ਆਉਂਦਾ ਪਰ ਜਦੋਂ ਤੁਸੀਂ ਮਤਲਬ ਉਹਨਾਂ ਦੇ ਗਾਣੇ ਚ ਪਰਫਾਰਮ ਕਰ ਰਹੇ ਹੋ ਤਾਂ ਵੀ ਮੈਨੂੰ ਲੱਗ ਰਿਹਾ ਕਿ ਬਹੁਤ ਵਧੀਆ ਹਰ ਮੈਨੂੰ ਤੁਹਾਡੀ ਉਸ ਗਾਣੇ ਦੀ ਲੁੱਕ ਬਹੁਤ ਪਸੰਦ ਸੀ ਅੱਛਾ ਜੀ ਹੂੰ ਇਹਨੇ ਬਹੁਤ ਪਸੰਦ ਆਇਆ ਨਾ ਥੈਂਕ ਯੂ ਅਰਜਨ ਦਾ ਜਿਹੜਾ ਨਵਾਂ ਗੀਤ ਆਇਆ ਸੀ ਰਾਹ ਵਰਗਾ ਰਾਹ ਵਰਗਾ ਕਹਿੰਦਾ ਮੈਨੂੰ ਨਾ ਰੂਪੀ ਉਹਨੂੰ ਦੋ ਗਾਣਿਆਂ ਚ ਬਹੁਤ ਸੋਹਣੀ ਹੈ ਹਾਇ ਰੱਬ ਥੈਂਕ ਯੂ ਸੋ ਮੱਚ ਥੈਂਕ ਯੂ ਸੀਰੀਅਸਲੀ ਥੈਂਕ ਯੂ ਜੀ ਤਾਂ ਤੁਹਾਨੂੰ ਆਪਣੀ ਗੀਤਾਂ ਚ ਜੋ ਜਿੰਨਾ ਵੀ ਤੁਸੀਂ ਹੁਣ ਤੱਕ ਕੰਮ ਕੀਤਾ ਇਹਨਾਂ ਪੰਜਾਂ ਛੇ ਸਾਲਾਂ ਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਮੈਮੋਰੀਏਬਲ ਚਾਹ ਤੁਸੀਂ ਕਹੋ ਕਿ ਕੀ ਮੈਨੂੰ ਬਹੁਤ ਚੰਗਾ ਲੱਗਿਆ ਜੀ ਮੈਨੂੰ ਆਪਣੀ ਪਰਫਾਰਮੈਂਸ ਦਾ ਮੈਨੂੰ ਹਮੇਸ਼ਾ ਠੀਕ ਠਾਕ ਹੀ ਲੱਗਦੀ ਹੁੰਦੀ ਆ ਪਰ ਦਿਲਦਾਰੀਆਂ ਦੇ ਵਿੱਚ ਮੈਨੂੰ ਇਦਾਂ ਲੱਗਿਆ ਕਿ ਇਹਦੇ ਵਿੱਚ ਮਤਲਬ ਜਿੰਨਾ ਕਿਉਂਕਿ ਉਹਦੇ ਵਿੱਚ ਮੇਕਅਪ ਕੋਸ਼ਣ ਹੀ ਲਾਇਆ ਉਹਦੇ ਵਿੱਚ ਸਿੰਪਲ ਕੱਪੜੇ ਆ ਇੱਕ ਮਿਲਦਾ ਹਾਫ ਡੇ ਦੇ ਵਿੱਚ ਸ਼ੂਟ ਹੋ ਗਿਆ ਸੀਗਾ ਉਹ ਤੇ ਉਹ ਇੰਨਾ ਮੈਨੂੰ ਈਜ਼ੀ ਤੇ ਫਨ ਲੱਗਿਆ ਤੇ ਉਹ ਗਾਣਾ ਵੀ ਉਹਦੇ ਵਿੱਚ ਵੀ ਮੈਨੂੰ ਲੱਗਿਆ ਮੈਂ ਥੋੜਾ ਜਿਹਾ ਖੁੱਲ ਕੇ ਪਰਫਾਰਮ ਕਰ ਸਕੀ ਕਿ ਉਹ ਕਰੈਕਟਰ ਦੇ ਅਕੋਰਡਿੰਗ ਸੋ ਉਹ ਮੈਨੂੰ ਬਹੁਤ ਵਧੀਆ ਲੱਗਦਾ ਹੈ ਤੇ ਇੱਕ ਮੈਨੂੰ ਕਮਲੀ ਬੜਾ ਵਧੀਆ ਲੱਗਦਾ ਮਨਕੀਰਤ ਔਲਿਕ ਦਾ ਜਿਹੋ ਉਹਦੇ ਮੈਨੂੰ ਲਿਰਿਕਸ ਬਹੁਤ ਸੋਹਣੇ ਲੱਗਦੇ ਨੇ ਉਹਨਾਂ ਨਾਲ ਤੁਸੀਂ ਕਈ ਕਈ ਗਾਣੇ ਕੀਤੇ ਨੇ ਹਾਂਜੀ ਉਹ ਜੱਜ ਕੀਤਾ ਤੇ ਕਮਲੀ ਕੀਤਾ ਤੇ ਕਮਲੀ ਦੀ ਮੈਂ ਲਾਈਨਾਂ ਨਾ ਉਹ ਗਾਣਾ ਸ਼ੂਟ ਕਰਨ ਤੋਂ ਪਹਿਲਾਂ 2 ਸਾਲ ਪਹਿਲਾਂ ਹੀ ਸੁਣ ਲਈਆਂ ਸੀਗੀਆਂ ਮੈਨੂੰ ਬਸ ਸਿਰਫ ਫਰੰਟ ਲਾਈਨ ਸੁਣਨੀ ਸੀ ਕਿ ਉਹਨਿੰਦ ਦਿਲ ਮੰਗਿਆ ਤੇ ਸਤੋ ਨਾ ਹੋਗੀ ਕੁੜੀ ਤੇ ਮੈਂ ਉਹ ਦੇ ਇਸੋਕ ਨੂੰ ਕਿਹਾ ਸੀ ਮੈਂ ਸੁਖ ਵੀਰੇ ਆਪਾਂ ਸ਼ੂਟ ਮੈਂ ਕਰ ਸਕਦਾ ਇਹ ਗਾਣਾ ਤੇ ਉਹ ਕਹਿੰਦਾ ਆਪਾਂ ਮਨਕੀਰਤ ਨੂੰ ਪੁੱਛਾਂਗੇ ਤੇ ਉਦੋਂ ਮੇਰੇ ਇੰਨੇ ਗਾਣੇ ਨਹੀਂ ਆਏ ਸੀਗੇ ਤੇ ਫਿਰ ਉਹ ਤੋਂ ਬਾਅਦ ਅਸ਼ਕੀ ਆਈ ਤੇ ਉਦੋਂ ਮਨਕੀਰਤ ਦਾ ਮੈਨੂੰ ਯਾਦ ਆ ਫੋਨ ਆਇਆ ਸੀ ਸੋਕ ਨੂੰ ਕਿ ਆਪਾਂ ਸ਼ੂਟ ਕਰਨਾ ਫਿਰ ਮੈਂ ਸੋਕ ਨੂੰ ਕਿਹਾ ਮੈਂ ਹੁਣ ਮੈਂ ਕਰ ਸਕਦਾ ਗਾਣਾ ਤੇ ਸੋਕ ਕਹਿੰਦਾ ਮੈਂ ਪੁੱਛ ਲੈਣਾ ਮਨਕੀਰਤ ਨੂੰ ਤੇ ਫਿਰ ਉਹ ਮਤਲਬ ਮੈਨੀਫੈਸਟੇਸ਼ਨ ਹੀ ਸੀਗੀ ਕਿ ਮੇਰੇ ਮੈਂ ਉਹ ਲਾਈਨਾਂ ਹੀ ਹਮੇਸ਼ਾ ਗਾਉਂਦੀ ਰਹਿੰਦੀ ਸੀ ਦੋਕ ਲਾਈਨਾਂ ਜੋ ਮੈਂ ਸੁਣੀਆਂ ਸੀਗੀਆਂ ਉਹਦੀਆਂ ਐਂਡ ਪ੍ਰੇਮ ਉਹਨਾਂ ਦਾ ਜਿਹੜਾ ਮਾਝੇ ਵਾਲਾ ਗਾਣਾ ਸੀਗਾ ਉਹ ਉਹ ਕੀ ਦਾ ਆਈਡੀਆ ਸੀਗਾ ਕਿ ਇੱਥੇ ਰੂਪੀ ਉਹਨਾਂ ਨੂੰ ਲਿਆਈਏ ਤੇ ਮੱਝੇ ਤੋਂ ਹੀ ਨੇ ਤੇ ਬਹੁਤ ਪ੍ਰਾਊਡਲੀ ਉਹ ਮੱਝ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਉਹਨਾਂ ਨੇ ਮਿਲਦਾ ਪਹਿਲਾ ਹੀ ਗਾਣਾ ਜਦੋਂ ਸ਼ੂਟ ਕਰ ਲਿਆ ਸੀ ਆ ਵੀ ਬਣਾ ਲਿਆ ਸੀ ਜਦੋਂ ਰਿਕਾਰਡ ਕੀਤਾ ਸੀ ਉਹਨਾਂ ਨੇ ਮਿਲਦਾ ਉਹਨਾਂ ਨੇ ਕਲਿੱਪ ਚੱਕ ਕੇ ਉਹਦੇ ਵਿੱਚ ਉਹ ਐਡ ਕਰਤੀ ਸੀਗੀ ਤਾਂ ਫਿਰ ਆਈ ਥਿੰਕ ਉਹਨਾਂ ਨੇ ਬਾਅਦ ਚ ਸੁਖ ਨੂੰ ਅਪਰੋਚ ਕੀਤਾ ਕਿ ਸੋਕ ਵੀਰ ਐਡਾ ਗਾਣਾ ਤੇ ਉਹਦੇ ਵਿੱਚ ਅਸੀਂ ਰੂਪੀ ਦਾ ਵੀ ਪਾਇਆ ਵੀ ਫੀਚਰਿੰਗ ਕਰ ਸਕਦੇ ਆ ਐਡਾ ਹੋਇਆ ਆਈ ਥਿੰਕ ਸੋ 멘ਟਲ ਹੈਲਥ ਤੁਹਾਡੇ ਲਈ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ ਇਸ ਟਾਈਮ 멘ਟਲੀ ਕਿਵੇਂ ਫੀਲ ਕਰ ਰਹੇ ਹੋ ਤੁਸੀਂ ਇਸ ਟਾਈਮ ਜੇ ਰਾਈਟ ਨਾ ਪੁੱਛੋਗੇ ਤਾਂ ਰਿਲੈਕਸਡ ਕਾਫੀ ਰਿਲੈਕਸ ਅ ਅੱਜ ਸਵੇਰੇ ਵੀ ਮੈਂ ਮਤਲਬ ਡਾਇਰੀ 'ਚ ਲਿਖਿਆ ਸੀਗਾ ਥੋੜਾ ਜਿਹਾ ਸੋ ਮੈਨੂੰ ਠੀਕ ਫੀਲ ਕਰਦਿਆ ਇਸ ਟਾਈਮ ਤੇ ਠੀਕ ਫੀਲ ਕਰ ਰਹੀ ਹਾਂ ਬਟ ਆਈ ਥਿੰਕ ਇਹ ਸਮ ਟਾਈਮਸ ਡੇਲੀ ਹੁੰਦਾ ਆ ਕਿ ਕੁਛ ਨਾ ਕੁਛ ਚੇਂਜ ਹੁੰਦਾ ਰਹਿੰਦਾ ਤੁਹਾਨੂੰ ਜਿਦਾ ਪਤਾ ਹੀ ਹੋਵੇ ਤੇ ਜਾਂ ਸਮ ਟਾਈਮਸ ਆワー ਬਾਏ ਆワー ਹਰ ਇੱਕ ਘੰਟੇ ਕੁਛ ਨਾ ਕੁਛ ਮੋਸ਼ਨਸ ਚੇਂਜ ਹੁੰਦੇ ਰਹਿੰਦੇ ਆ اسپੈਸ਼ਲੀ ਜੇ ਇੰਨਾ ਕੁਝ ਹੋ ਰਿਹਾ ਹੋਵੇ ਤਾਂ ਨਾਰਮਲ ਆ ਕਿ ਬੰਦਾ ਓਵਰ ਵੈਲਮ ਥੋੜਾ ਜਿਹਾ ਹੋ ਜਾਵੇ ਕਿ ਬਰਾਜਵੇ ਬਟ ਮੈਨੂੰ ਇਹ ਹੁੰਦਾ ਕਿ ਮੈਂ ਕੁਛ ਨਾ ਕੁਛ ਕਰਦੀ ਰਹਾਂ ਜਿਹਦੇ ਨਾਲ ਮਤਲਬ ਮੈਂ ਰਿਲੈਕਸ ਫ ਮੈਂਟਲ ਹੈਲਥ ਜੀ ਜੇ ਆਪਾਂ ਗੱਲ ਕਰੀਏ ਮੈਂ ਸੀਰੀਅਸਲੀ ਬਹੁਤ ਇੰਪੋਰਟੈਂਟ ਆਈ ਥਿੰਕ ਸਾਰਿਆਂ ਲਈ ਸਾਰਿਆਂ ਨੂੰ ਸੀਰੀਅਸਲੀ ਟੇਕ ਕਰ ਜੈਦੀ ਮੈਂ ਮੰਮੀ ਨੂੰ ਵੀ ਆਲਵੇਸ ਦੱਸਦੀ ਹਣੀ ਕਿ ਸਿਰਫ ਆਪਣੀ ਸਿਹਤ ਇਹ ਨਹੀਂ ਆਪਣੀ ਦਿਮਾਗ ਦੀ ਵੀ ਇੱਕ ਹੁੰਦੀ ਹੈ ਜਿਹਦਾ ਆਪਾਂ ਨੂੰ ਟੇਕ ਕੇਅਰ ਕਰਨੀ ਚਾਹੀਦੀ ਆ ਸੋ ਮੈਨੂੰ ਇਹ ਹੁੰਦਾ ਕਿ ਸਵੇਰੇ ਉੱਠ ਕੇ ਫੋਨ 2 ਘੰਟੇ ਨਾ ਯੂਜ਼ ਕਰਾਂ ਉਹਦੇ ਨਾਲ ਬਹੁਤ ਇੰਪੋਰਟੈਂਟ ਹੁੰਦਾ ਆ ਉਹ ਹਤੇ 2 ਘੰਟੇ ਦਾ ਨਹੀਂ ਹੁੰਦਾ ਅੱਦਕ ਘੰਟਾ ਫਿਰ ਵੀ ਮਾੜਾ ਜਿਹਾ ਰੱਖਦੇ ਨਹੀਂ ਹੁੰਦੀਆਂ ਫੋਨ ਤੇ ਉਹ ਚੀਜ਼ਾਂ ਮੈਂ ਥੋੜੀ ਥੋੜੀ ਛੋਟੀਆਂ ਛੋਟੀਆਂ ਕਰਦੀ ਰਹਿੰਦੀਆਂ ਤੇ ਉਹਨਾਂ ਵੱਡੀ ਪਿਕਚਰ bigger ਇੰਪੈਕਟ ਜ਼ਰੂਰ ਹੁੰਦਾ ਆ ਆਪਾਂ ਨੋਟਿਸ ਉਸ ਟਾਈਮ ਨਹੀਂ ਨੋਟਿਸ ਕਰਦੇ ਹੈਗੇ ਕਿ ਨਹੀਂ ਆ ਇਹ ਕੀ ਕਰ ਦੂਗਾ ਆਪਾਂ ਨੂੰ ਬਟ ਨਹੀਂ ਉਹ ਬਹੁਤ ਜ਼ਰੂਰੀ ਹੈ ਮੈਂਟਲ ਹੈਲਥ ਆਪਣੇ ਆਪ ਨੂੰ ਪਹਿਲਾ ਪ੍ਰਾਇੋਰਟੀ ਰੱਖਣਾ ਤਾਂ ਹੀ ਫੇ ਤੁਸੀਂ ਅਗੇ ਕੰਮ ਵਧੀਆ ਕਰ ਸਕਦੇ ਹੋ ਦੋਸਤੀ ਤੁਸੀਂ ਵਧੀਆ ਨਭਾ ਸਕਦੇ ਹੋ ਬਹੁਤ ਚੀਜ਼ਾਂ ਦਾ ਫਰਕ ਪੈਂਦਾ ਹੈ ਸੋ ਬਹੁਤ ਇੰਪੋਰਟੈਂਟ ਹੈ ਮੈਂਟਲ ਹੈਲਥ ਬਹੁਤ ਜ਼ਿਆਦਾ ਜਦੋਂ ਤੁਹਾਡੇ ਇੱਕ ਕੋਈ ਵੀ ਪ੍ਰੋਜੈਕਟ ਕੰਪਲੀਟ ਹੋ ਜਾਂਦਾ ਉਸ ਤੋਂ ਬਾਅਦ ਇਹ ਥੌਟ ਤੁਹਾਡੇ ਚੱਲਦੇ ਰਹਿੰਦੇ ਨੇ ਕਿ ਵਟ ਨੈਕਸਟ ਹੁਣ ਕੀ ਕੀਤਾ ਜਾਵੇ ਹੁਣ ਕੀ ਕਰੀਏ ਬਾਕੀ ਸਾਰੇ ਜਣੇ ਇੰਨਾ ਕੁਝ ਕਰ ਰਹੇ ਨੇ ਰੂਪੀ ਤੂੰ ਕੀ ਕਰ ਰਹੀ ਆ ਆ ਮੈਂ ਕੋਸ਼ਿਸ਼ ਤਾਂ ਕਰਦੀ ਆ I mean sometimes ਇਦਾਂ ਹੋ ਜਾਂਦਾ ਕਿ ਆਪਾਂ ਨੈਕਸਟ ਹੁਣ ਆਪਾਂ ਕੀ ਕਰੀਏ ਜਾਂ ਆਪਾਂ ਨੂੰ ਆ ਕਰਨਾ ਚਾਹੀਦਾ ਕਨਫਿਊਜ਼ਨ ਤਾਂ ਹੁੰਦੀ ਹੀ ਆ ਬਟ I think ਮੈਂ ਕੋਸ਼ਿਸ਼ ਕਰਦੀ ਆ ਕਿ ਮੈਂ ਸਿਕਿਉਰ ਰਵਾਂ ਆਪਣੇ ਆਪ 'ਚ ਜਿੰਨਾ ਆਪਾਂ ਕੀਤਾ ਬਹੁਤ ਹੈ बिकॉज़ I think ਜਦੋਂ ਆਪਾਂ ਇਨਸਿਕਿਉਰ ਹੁੰਨੇ ਆ ਉਦੋਂ ਸਭ ਤੋਂ ਜ਼ਿਆਦਾ ਗਲਤੀਆਂ ਉਦੋਂ ਹੀ ਕਰਦੇ ਆ ਆਪਾਂ ਘਬਰਾਹਟ ਦੇ ਵਿੱਚ ਕੁਝ ਨਾ ਕੁਝ ਇਦਾਂ ਦਾ ਕੰਮ ਫੜ ਲੈਂਦੇ ਆ ਜਾਂ ਕੁਝ ਕਰ ਲੈਂਦੇ ਆ ਜਿਹਾ ਆਪਾਂ ਕੁਝ ਨਾ ਕੁਝ ਇਦਾਂ ਦੀ ਥੋੜੀ ਜਿਹੀ ਛੋਟੀ ਛੋਟੀ ਹਰਕਤਾਂ ਤੁਸੀਂ ਕਰ ਲਾ ਜਣੇ ਹੋ ਜਿਹੜਾ ਤੁਹਾਨੂੰ ਆਪ ਨਹੀਂ ਪਤਾ ਹੁੰਦਾ ਪਰ ਤੁਹਾਨੂੰ ਪਤਾ ਕਿ ਬੈਕ ਆਫ ਮ ਤੁਸੀਂ ਇਦਾਂ ਦਾ ਕੁਝ ਕਰੀ ਜਾਂਦੇ ਹੋਣ ਤਾਂ ਮੈਨੂੰ ਇਹ ਹੁੰਦਾ ਕਿ ਸਲੋ ਹਮ ਸਲੋਲੀ ਤੇ ਸਿਕਿਉਰ ਰਹੋ ਤੇ ਆਪ ਹੀ ਸਾਰਾ ਕੁਝ ਹੋ ਜਾਣਾ ਹੈ ਤੁਸੀਂ ਗੁੱਡ ਡਿਸੀਜਨ ਮੇਕ ਕਰੋ ਆਈ ਥਿੰਕ ਸੋ ਵਿਦ ਟਾਈਮ ਮੈਨੂੰ ਮੈਂ ਮਤਲਬ ਗਲਤੀਆਂ ਤਾਂ ਸਾਰੇ ਤੋਂ ਹੁੰਦੀਆਂ ਪਰ ਮੈਂ ਟਰਾਈ ਕਰ ਰਹੀ ਹਾਂ ਕਿ ਵਿਦ ਟਾਈਮ ਜਿੰਨਾ ਮੈਂ ਸਿੱਖ ਰਹੀ ਹਾਂ ਤਾਂ ਉਸ ਅਕੋਰਡਿੰਗ ਮੈਂ ਵਧੀਆ ਡਿਸੀਜਨ ਆਪਣੇ ਵੱਲੋਂ ਲਾਵਾਂ ਪਰ ਸਮ ਟਾਈਮਸ ਗਲਤੀ ਤਾਂ ਸਾਰੇ ਤੋਂ ਹੋ ਜਾਂਦੀ ਹੈ ਜੀ ਜਦੋਂ ਤੁਸੀਂ ਬਾਹਰ ਜਾ ਕੇ ਆਪਣੇ ਦੋਸਤਾਂ ਨੂੰ ਕਦੇ ਦੱਸਦੇ ਹੋਵੋਗੇ ਜਦੋਂ ਤੁਸੀਂ ਸਕੂਲ ਫਰਸਟ ਇੰਟਰੈਕਸ਼ਨ ਹੋਈ ਹੋਗੀ ਤੁਸੀਂ ਜਾਂ ਕਾਲਜ 'ਚ ਤੁਸੀਂ ਗਏ ਹੋਵੋਗੇ ਜਾਂ ਵੈਸੇ ਫਰੈਂਡ ਸਰਕਲ ਦੇ ਵਿੱਚ ਜਾਂ ਸੋਸ਼ਲ ਸਰਕਲ 'ਚ ਜੀ ਕਦੀ ਤੁਸੀਂ ਕਿਸੇ ਨੂੰ ਦੱਸਿਆ ਹੋਵੇ ਕਿ ਮੈਂ ਪੰਜਾਬ ਤੋਂ ਬਿਲੋਂਗ ਕਰਦੀ ਆਂ ਤੇ ਪੰਜਾਬ ਹੈ ਕੀ ਸੋ ਤੁਸੀਂ ਪੰਜਾਬ ਬਾਰੇ ਕਿਦਾਂ ਡਿਸਕ੍ਰਾਈਬ ਕਰਦੇ ਹੋ ਕਿ ਪੰਜਾਬ ਕੀ ਆ ਕਿਵੇਂ ਦੱਸਦੇ ਹੁੰਦੇ ਤੁਸੀਂ ਲੋਕਾਂ ਨੂੰ ਆ ਮੈਂ ਜਦੋਂ ਪੰਜਾਬ ਦੀ ਗੱਲ ਕਰਦੀ ਆਂ ਆਈ ਥਿੰਕ ਮੇਰੇ ਸਾਰੇ ਦੋਸਤਾਂ ਨੂੰ ਪਤਾ ਆ ਆ ਮੇਰੇ ਜਿਹੜੇ ਲਾਈਕ ਉੱਥੇ ਗੋਰੇ ਫਰੈਂਡਸ ਵੀ ਨੇ ਤੇ ਮਤਲਬ ਮੋਸੇ ਤੇ ਪੰਜਾਬੀ ਨੇ ਪਰ ਸਾਰਿਆਂ ਨੂੰ ਪਤਾ ਆ ਕਿ ਮੈਂ ਜਦੋਂ ਪੰਜਾਬ ਦੀ ਗੱਲ ਵੀ ਕਰਦੀ ਆਂ ਤਾਂ ਮੇਰੀ ਅੱਖਾਂ ਦੇ ਵਿੱਚ ਮਤਲਬ ਹੋਰ ਹੀ ਚਮਕ ਹੁੰਦੀ ਆ ਕਿ ਮੈਨੂੰ ਇਹੀ ਹੁੰਦਾ ਕਿ ਆ ਕਿਸੇ ਵੀ ਤਰ੍ਹਾਂ ਪੰਜਾਬ ਨੂੰ ਡਿਸਪਾਇੰਟ ਨਹੀਂ ਕਰਨਾ ਹੈਗਾ ਇਹ ਮੈਨੂੰ ਜ਼ਰੂਰ ਹੁੰਦਾ ਪ੍ਰਾਊਡ ਬਣਾਉਣਾ ਤਾਂ ਚਲੋ ਪ੍ਰਾਊਡ ਕਰਨਾ ਤਾਂ ਉਹ ਬਹੁਤ ਔਖਾ ਆ ਮੈਂ ਕੋਸ਼ਿਸ਼ ਕਰੂ ਬਟ ਬਸ ਡਿਸਪਾਇੰਟ ਨਹੀਂ ਹੋਣਾ ਚਾਹੀਦਾ ਕੁਝ ਵੀ ਕਿਸੇ ਨੂੰ ਵੀ ਨਹੀਂ ਇਦਾਂ ਫੀਲ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਤੇ ਮੈਂ ਮੈਨੂੰ ਐਕਚੁਅਲੀ ਮੈਨੂੰ ਆਈ ਡੋਨਟ ਥਿੰਕ ਮਾਈ ਵਰਡਸ ਐਕਸਪਲੇਨ ਕਰ ਸਕਦੀਆਂ ਮੈਂ ਕਿਦਾਂ ਪੰਜਾਬ ਬਾਰੇ ਗੱਲ ਕਰਦੀ ਆ ਮਤਲਬ ਇਹ ਮੈਨੂੰ ਮੈਂ ਤਾਂ ਤੁਹਾਨੂੰ ਮੇਰੇ ਦੋਸਤਾਂ ਨੂੰ ਹੀ ਪੁੱਛਣਾ ਪਊਗਾ ਬਟ ਬਹੁਤ ਹੀ ਰਿਸਪੈਕਟ ਨਾਲ ਤੇ ਬਹੁਤ ਹੀ ਪਿਆਰ ਨਾਲ ਮੈਂ ਪੰਜਾਬ ਬਾਰੇ ਗੱਲ ਕਰਦੀ ਆ ਉੱਥੇ ਐਂਡ ਐਸ ਟਾਈਮ ਕੋਈ ਵੀ ਇੱਕ ਗਾਣਾ ਜਾਂ ਕੋਈ ਫਿਲਮ ਜਿਹੜੀ ਤੁਸੀਂ ਦੇਖ ਰਹੇ ਹੋ ਜਾਂ ਸੁਣ ਰਹੇ ਹੋ ਕੁਝ ਜਾਂ ਇਹਨਾਂ ਦੋ ਇਹ ਦੋਨਾਂ ਚੀਜ਼ਾਂ ਤੋਂ ਇਲਾਵਾ ਐਸ ਟਾਈਮ ਤੁਸੀਂ ਕਿਹੜੇ ਜ਼ੋਨ ਚ ਚੱਲ ਰਹੇ ਹੋ ਐਸ ਟਾਈਮ ਤੇ ਜੀ ਅਸੀਂ ਰਾਤ ਚੋਂ ਦੇ ਕੋਈ ਗਾਣਾ ਸੁਣ ਰਹੇ ਮੇਰੇ ਦਿਮਾਗ ਚ ਪਤਾ ਨਹੀਂ ਕਿੰਦਾ ਸਟਾਕਿਆ ਅਸ਼ਕੇ ਦਾ ਹੀ ਸਟਾਕਿਆ ਉਹ ਜਾਰਡਨ ਸੰਦੂ ਦਾ ਹੈਂਡਸਮ ਜੱਟਾ ਉਹ ਵੀ ਰਾਤ ਸਵੇਰ ਦੀ ਅਸੀਂ ਉਹ ਸੁਣ ਰਹੇ ਕੱਲ ਦੀ ਐਕਚੁਅਲੀ ਅਸੀਂ ਉਹ ਗਾਣਾ ਸੁਣ ਰਹੇ ਹਾਂ ਪਤਾ ਨਹੀਂ ਕਿ ਉਹਦੀ ਮੈਨੂੰ ਵਾਈਬ ਬੜੀ ਹੈ ਉਹ ਆਪੀਟ ਜਿਆ ਗਾਣਾ ਨਾ ਥੋੜੀ ਜਿਹੀ ਸੋ ਵਾਈਬ ਵਧੀਆ ਹੀ ਅਸੀਂ ਰੱਖੀਏ ਤੇ ਮੈਨੂੰ ਇਹ ਆ ਕਿ ਇੰਜੋਏ ਕਰੀਏ ਪ੍ਰੋਮੋਸ਼ਨਸ ਇਹ ਟਾਈਮ ਕਦੇ ਨਹੀਂ ਵਾਪਸ ਆਣਾ ਮਤਲਬ ਦੂਜੀ ਫਿਲਮਾਂ ਲਈ ਆਊਗਾ ਬਟ ਫॉर ਥਿਸ ਫਿਲਮ ਇਸ ਮੂਮੈਂਟਸ ਇੰਜੋਏ ਕਰੀਏ ਪ੍ਰੈਜ਼ెంట్ ਰਹੀਏ ਤੇ ਉਹੀ ਗਾਣਾ ਸੁਣ ਰਹੀ ਹਾਂ ਹੋਰ ਤਾਂ ਕੁਝ ਨਹੀਂ ਸੁਣਦੇ ਅੱਜਕੱਲ ਬਸ ਉਹੀ ਆ ਥੈਂਕ ਯੂ ਸੋ ਮਚ ਰੂਪੀ ਥੈਂਕ ਯੂ ਤੁਹਾਡੀ ਇਸ ਫਿਲਮ ਲਈ ਜੱਟ ਨੂੰ ਚੜੇਲ ਟੱਕਰੀ ਜੀ ਵੀ ਵਿਸ਼ ਯੂ ਗੁੱਡ ਲੱਕ ਥੈਂਕ ਯੂ ਸੋ ਮਚ ਜੀ ਤੁਹਾਡੇ ਲਈ ਤੁਹਾਡੀ ਫਿਲਮੋਗ੍ਰਾਫੀ ਦਾ ਇੱਕ ਬਹੁਤ ਵਧੀਆ ਅਤੇ ਵੱਡਾ ਹਿੱਸਾ ਰਹੀ ਇਹ ਫਿਲਮ ਤੇ ਅੱਗੇ ਇੰਡਸਟਰੀ ਚ ਜਾਂ ਤੁਹਾਡੇ ਕੈਰੀਅਰ ਦੇ ਵਿੱਚ ਬਹੁਤ ਸੋਹਣੀਆਂ ਓਪਰਚ्युनिटीज ਤੁਹਾਨੂੰ ਮਿਲਣ ਸੋਹਣੀਆਂ ਫਿਲਮਾਂ ਸੋਹਣਾ ਕੰਟੈਂਟ ਤੁਹਾਡੇ ਹਿੱਸੇ ਆਵੇ ਫਿਲਮਾਂ ਦੇ ਨਾਲ ਨਾਲ ਗਾਣਿਆਂ ਚ ਵੀ ਅਸੀਂ ਤੁਹਾਨੂੰ ਦੇਖਦੇ ਰਹੀਏ ਥੈਂਕ ਯੂ ਜੀ ਥੈਂਕ ਯੂ ਕਿਉਂਕਿ ਇੱਕ ਸਾਡੀ ਰੂਪੀ ਉਹ ਵੀ ਹੈ ਇੱਕ ਫਿਲਮਾਂ ਵਾਲੀ ਰੂਪੀ ਜੀ ਜੀ ਇੱਕ ਥੋੜੀ ਜਿਹੀ ਲਾਊਡ ਐਕਸਪ੍ਰੈਸ਼ਨਸ ਵਾਲੀ ਇੱਕ ਥੋੜੀ ਜਿਹੀ ਲਾਊਡ ਡਾਇਲੋਗ ਵਾਲੀ ਯੈਸ ਜੀ ਥੈਂਕ ਯੂ so much ਮੈਨੂੰ ਸੀਰੀਅਸਲੀ ਆਈ ਕੈਨ ਨਾਟ ਐਕਸਪਲੇਨ ਨਿਹਰ ਵੀ ਉੱਤੇ ਬੈਠੀ ਹੈ ਉਹਨੂੰ ਵੀ ਪਤਾ ਮੈਂ ਕਿੰਨੀ ਨਰਵਸ ਸੀ ਇੰਟਰਵਿਊ ਕਰਨ ਚ ਬਟ ਮੈਨੂੰ ਬਹੁਤ ਮਜ਼ਾ ਆਇਆ ਥੈਂਕ ਯੂ so much ਜੀ ਤੇ ਆਮ ਸ਼ੋਰ ਮੇਰੀ ਮੰਮਾ ਨੇ ਤਾਂ ਸਭ ਤੋਂ ਜ਼ਿਆਦਾ ਖੁਸ਼ ਹੋਣਾ ਜੀ ਪੱਕਾ ਤੇ ਮੈਂ ਸਭ ਤੋਂ ਜ਼ਿਆਦਾ ਇਸ ਇੰਟਰਵਿਊ ਚ ਗੱਲ ਕੀਤੀ ਸਭ ਤੋਂ ਜ਼ਿਆਦਾ ਤੁਹਾਨੂੰ ਕਿਉਂਕਿ ਇੱਥੇ ਤੁਸੀਂ ਇਕੱਲੇ ਸੀਗੇ ਬੋਲਣ ਵਾਲੇ ਨਹੀਂ ਪਹਿਲਾਂ ਵੀ ਇਦੋਂ ਕਰਕੇ ਆਇਆ ਇਕੱਲੀ ਮੈਨੂੰ ਇਹ ਹੁੰਦਾ ਕਿ ਪਤਾ ਹੀ ਮੈਂ ਚੁੱਪ ਚੁੱਪ ਜੀ ਪਰ ਇੱਥੇ ਤਾਂ ਪੂਰਾ ਖੁੱਲ ਕੇ ਰੱਖਿਆ ਆਪਾਂ ਠੀਕ ਹੈ ਸੋ ਬਹੁਤ ਸ਼ੁਕਰੀਆ ਸਾਨੂੰ ਇੰਨਾ ਟਾਈਮ ਦੇ ਲਈ ਸਾਡੇ ਨੇ ਇੰਨੀ ਖੁੱਲ ਕੇ ਗੱਲ ਕਰਨ ਲਈ ਥੈਂਕ ਯੂ ਜੀ ਥੈਂਕ ਯੂ ਸੋ ਰੂਪੀ ਉਹਨਾਂ ਦੇ ਨਾਲ ਆਂਟੀ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਪੂਰੇ ਪਰਿਵਾਰ ਨੂੰ ਅੰਕਲ ਉਹਨਾਂ ਨੂੰ ਵੀ ਤੇ ਬਹੁਤ ਸ਼ੁਕਰੀਆ ਰੂਪੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਸਸਿਕਲ ਜੀ ਇਹ ਸੰ ਸਾਡੇ ਨਾਲ ਰੂਪੀ ਗਿਲ ਇਹਨਾਂ ਦੇ ਨਾਲ ਅਸੀਂ ਹੁਣੇ ਗੱਲਬਾਤ ਕੀਤੀ ਕਿਉਂਕਿ ਇਹਨਾਂ ਦੀ ਨਵੀਂ ਫਿਲਮ ਆ ਰਹੀ ਹੈ 15 ਮਾਰਚ ਨੂੰ ਜੱਟ ਨੂੰ ਚੜੇਲ ਟੱਕਰੀ ਇਸ ਤੋਂ ਪਹਿਲਾਂ ਵੀ ਤੁਸੀਂ ਇਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਤੇ ਗੀਤ ਦੇਖੇ ਨੇ ਤੇ ਆਉਣ ਵਾਲੇ ਟਾਈਮ 'ਚ ਵੀ ਇਹਨਾਂ ਦਾ ਤੁਸੀਂ ਬਹੁਤ ਸਾਰਾ ਕੰਮ ਦੇਖੋਗੇ ਸੋ ਅੱਜ ਅਸੀਂ ਗੱਲਬਾਤ ਥੋੜੀ ਜੀ ਰੱਖੀ ਕਿ ਅਸੀਂ ਦੁਬਾਰਾ ਰੂਪੀ ਉਹਨਾਂ ਨੂੰ ਮਿਲਾਂਗੇ ਅਤੇ ਫਿਰ ਬਹੁਤ ਹੋਰ ਸਰਗਿੰਗਲ ਨਾਲ ਉਹਨਾਂ ਦੇ ਨਾਲ ਕਰਾਂਗੇ ਉਹਨਾਂ ਦੇ ਨਵੇਂ ਕੰਮ ਬਾਰੇ ਵੀ ਅਤੇ ਉਹਨਾਂ ਦੀਆਂ ਜ਼ਿੰਦਗੀ ਦੀਆਂ ਵੀ ਮੈਨੂੰ ਗੁਰਦੀਪ ਗਰੇਵਾਲ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ ਆਪਾਂ ਫਿਰ ਮਿਲਦੇ ਹਾਂ ਸਤਿ ਸ੍ਰੀ ਅਕਾਲ